ਲੈ ਦਵਾਈ ਤਾਂ ਅੱਜ ਲੈ ਕੇ ਆਵਾਂ, ਕਿਤੋਂ ਲੈ ਕੇ ਆਵਾਂ? ਰਾਜਵੀਰ ਨੇ ਤਾਂ ਮੈਨੂੰ ਨਹੀਂ ਲਿਆ ਕੇ ਦਿੱਤੀ, ਰਾਜਵੀਰ ਕੋਲ ਲਿਆ ਕੇ ਦਿੰਦੀ ਆ। ਦਵਾਈ ਬਿਨਾਂ ਮੈਨੂੰ ਕਿੱਥੇ ਸਰਦਾ ਹੈਗਾ? ਦਵਾਈ ਬਿਨਾਂ ਮੈਨੂੰ ਇੱਕ ਮਿੰਟ ਨਹੀਂ ਸਰਦਾ। ਰਾਜਵੀਰ ਨੂੰ ਕੀ ਕਹਿਣਾ, ਉਹਨੇ ਕਿਹੜਾ ਦਵਾਈ ਵਰਤੀ ਹੈ ਜਾਂ ਵਰਤਣੀ ਹੈ? ਹੁਣ ਮੈਨੂੰ ਅੱਜ ਜਿਹਨੂੰ ਰੋਗ ਆ ਉਸੇ ਨੂੰ ਪਤਾ ਹੁੰਦਾ ਵੀ ਦਵਾਈ ਬਿਨਾਂ ਸਰਦਾ ਨਹੀਂ ਹੁੰਦਾ। ਹੁਣ ਅੱਜ ਕਿਤੋਂ ਲੈ ਕੇ ਆਵਾਂ ਭਾਵਾਂ, ਲੈ ਕੇ ਮੁੜੂੰ ਦਵਾਈ ਤਾਂ? ਦਵਾਈ ਬਿਨਾਂ ਕਿਉਂ ਡੰਗ ਲੈਂਦਾ ਹੈ? ਉਹਨੇ ਤਾਂ ਹੁਣ ਖਰਾਬ ਕਰਕੇ ਸਿੱਟੀ ਮੇਰੀ ਦਵਾਈ, ਮਸਾ ਲਿਆ ਹੀ ਸੀ ਮੈਂ ਤਾਂ। ਰੱਬ ਦੇ ਵੀ ਰੰਗ ਦੇਖ ਲੈ, ਨਿਆਰੀ ਨੇ ਗੇ, ਹੁਣ ਰੋਜ਼ ਹੀ ਮੀਂਹ ਆ ਜਾਂਦਾ ਹੈਗਾ। ਰੋਟੀ ਖਾਈ, ਰੋਟੀ ਤਾਂ ਖਾਈ ਹੈ, ਫੋਨ ਭੈਣ ਦਾ ਫੋਨ ਆਈ ਜਾਂਦਾ। ਸਤਿ ਸ੍ਰੀ ਅਕਾਲ ਭੈਣੇ। ਸਤਿ ਸ੍ਰੀ ਅਕਾਲ ਬਾਈ, ਕਿਵੇਂ? ਠੀਕ ਆ? ਹਾਂ ਭੈਣੇ, ਸਾਰੇ ਵਧੀਆ। ਆਪਣੇ ਨਾਲ ਮੀਂਹ ਵੀ ਪੈ ਗਿਆ, ਸੁੱਖ ਸ਼ਾਂਤੀ ਆ ਸਾਰੇ? ਆਹੋ, ਕਾਹਦੀ ਸੁੱਖ ਸ਼ਾਂਤੀ ਆ ਬਾਈ, ਹੁਣ ਤਾਂ ਨਵਾਂ ਪੰਗਾ ਖੜਾ ਹੋ ਗਿਆ। ਭੈਣੇ ਕੀ ਪੰਗਾ ਖੜਾ ਹੋ ਗਿਆ, ਰੋਜ਼ ਹੀ ਨਵੇਂ ਨਵੇਂ ਪੰਗੇ, ਅੱਜ ਕੀ ਗੱਲ ਹੋ ਗਈ ਭੈਣੇ? ਕੀ ਕਰੀਏ ਬਾਈ, ਸਾਡਾ ਤਾਂ ਰੋਜ਼ ਦਾ ਜਾਬਾ ਕਰੇ। ਭੈਣੇ ਹੁਣ ਕੋਈ ਲੜ ਪਈ ਤੇਰੀ ਸੱਸ, ਕੀ ਗੱਲ ਹੋ ਗਈ? ਟਾਈਮ ਦੇਖ ਲਾ ਕਿੰਨਾ ਹੋਇਆ ਪਿਆ, ਬੇਬੇ ਤੜਕੀ ਦੀ 6 ਵਜੇ ਦੀ ਗਈ ਹੈ, ਪਤਾ ਨਹੀਂ ਕਿੱਥੇ ਗਈ ਹੈ, ਭੁੱਖੀ ਤੇ ਹੀ ਰੋਟੀ ਨਹੀਂ ਖਾਧੀ, ਫੋਨ ਬੰਦ ਆਈ ਜਾਂਦਾ, ਮੈਂ ਤਾਂ ਸਾਰੇ ਘਰਾਂ 'ਚ ਭਾਲ ਆਈ, ਕਿਤੇ ਮੇਰੇ ਨਾਲ ਲੜਕੇ ਆਉ ਨਾ ਕਿਤੇ ਖੂਹ ਖਾਤੇ 'ਚ ਡਿੱਗ ਗਈ ਹੋਵੇ। ਭੈਣੇ ਘਰੋਂ ਹੀ ਵਗ ਗਈ ਮਾਸੀ? ਆਹੋ ਬਾਈ, ਉਹਦਾ ਘੰਟਾ ਨਹੀਂ ਜਾਂਦੀ ਹੁੰਦੀ ਕਿਸੇ ਪਾਸੇ, ਪਤਾ ਨਹੀਂ ਅੱਜ ਕਿਵੇਂ ਵਗ ਗਈ, ਤਾਂ ਤੜਕੇ ਦੀ ਗਈ ਹੋਈ ਹੈ, ਸਾਰਾ ਦਿਨ ਲੈ ਗਿਆ। ਭੈਣੇ ਕੋਈ ਗੱਲ ਹੋਈ ਸੀ, ਕੋਈ ਲੜਾਈ ਝਗੜਾ ਤੁਹਾਡੇ? ਤੂੰ ਤੂੰ ਮੈਂ ਤਾਂ ਕੋਈ ਗੱਲ ਨਹੀਂ ਹੋਈ ਬਾਈ, ਕੱਲ ਲੜੀ ਸੀਗੀ ਮੇਰੇ ਨਾਲ ਦਵਾਈ ਪਿੱਛੇ ਵੀ ਮੈਨੂੰ ਦਵਾਈ ਨਹੀਂ ਲਿਆ ਕੇ ਦਿੰਦੀ। ਅੱਛਾ ਭੈਣੇ ਮੇਰੀ ਗੱਲ ਸੁਣੋ, ਤਾਂ ਕੱਲ ਦੀ ਗੱਲ ਹੈ, ਫਿਰ ਤੂੰ ਕਿਉਂ ਵਹਿਮ ਕਰੀ? ਤਾਂ ਕੱਲ ਦੀ ਆ ਬਾਈ, ਮੈਂ ਉਹਨੂੰ ਕਿਹਾ ਸੀਗਾ ਵੀ ਅੱਜ ਦਵਾਈ ਲਿਆ ਦੂੰਗੀ, ਅੱਜ ਫਿਰ ਤੈਨੂੰ ਪਤਾ ਐਤਵਾਰ ਆ ਅੱਜ। ਭੈਣੇ ਤੂੰ ਕਿਉਂ ਵਹਿਮ ਕਰੀ, ਇਹਨੇ ਆ ਜਾਊਗੀ, ਕੀ ਗੱਲ ਹੈ ਐਡੀ? ਨਹੀਂ ਬਾਈ, ਵਹਿਮ ਵਾਲੀ ਗੱਲ ਨਹੀਂ, ਉਹ ਮੇਰੇ ਨਾਲ ਬਾਲਾ ਲੜੀ ਸੀ, ਕਹਿੰਦੀ ਮੈਨੂੰ, ਕਹਿੰਦੀ ਰੱਬ ਤੇਰੇ ਨਾਲੋਂ ਖੈੜਾ ਛੜਾ ਦੇ, ਮੈਨੂੰ ਤਾਂ ਐਂ ਹੁਣ ਐਂ ਹੋਈ ਜਾਂਦਾ ਮਨ ਨੂੰ ਵੀ ਕਿਤੇ ਉਹੀ ਨਾ ਕੁਛ ਕਰ ਲਿਆ ਹੋਵੇ। ਤੈਨੂੰ ਆਏ ਭੈਣੇ ਵੀ ਕੁਛ ਬੁੜੀ ਨੂੰ ਹੋ ਨਾ ਗਿਆ ਹੋਵੇ, ਕਦੇ ਬੁੜੀ ਮਰ ਨਾ ਜਾਵੇ, ਤੈਨੂੰ ਆਈ ਹੈ ਤੇਰੇ ਮਨ 'ਚ ਗੱਲ? ਤੇ ਹੋਰ ਬਾਈ, ਇੱਦਾਂ ਨੂੰ ਆਏ ਤਾਂ ਹੁਣ ਹੁੰਦੇ ਹੀ ਆ ਲੜਾਈਆਂ ਝਗੜੇ, ਤਾਂ ਤੈਨੂੰ ਪਤਾ ਘਰੇ ਹੁੰਦੀ ਰਹਿੰਦੇ ਹੈਗੇ। ਉਹ ਭੈਣੇ ਐਦੂ ਕੀ ਚੰਗਾ ਹੈ ਤੇਰਾ, ਉਹ ਤੋਂ ਖੈੜਾ ਛੁੱਟ ਜੇ ਪਰੇ, ਮਰਦੀ ਹੈ ਤਾਂ ਮਰ ਜਾ। ਕਿਉਂ ਛੁੱਟ ਜੇ ਖੈੜਾ, ਉਹੀ ਗੱਲ ਲੜਦੀ ਹੈ ਭਿੜਦੀ ਹੈ, ਕਹੇ ਜੀ ਘਰੇ ਤਾਂ ਬੈਠੀ ਹੈ, ਘਰ ਦਾ ਜਿੰਦਾ ਉਹ। ਭੈਣੇ ਦੇਖ ਲੈ ਹੈ, ਉੱਤੋਂ ਉੱਤੋਂ ਹੀ ਲੜਦੀ ਹੋ ਤੁਸੀਂ, ਕਿੰਨਾ ਮੂੰਹ ਹੈ ਤੁਹਾਡਾ ਆਪ 'ਚ ਹੈ? ਮੋਹ ਤਾਂ ਹੁਣ ਤੈਨੂੰ ਪਤਾ ਬਾਈ ਹੁੰਦਾ ਹੀ ਹੈਗਾ, ਘਰ ਦੇ ਜੀ ਨਾਲ ਕਹੇ ਜੀ ਹੋਵੇ ਮਾੜਾ ਚੰਗਾ, ਹੁਣ ਤੜਕੇ ਦੀ ਗਈ ਹੈ, ਮੈਨੂੰ ਤਾਂ ਸੋਚ ਲੱਗੀ ਪਈ ਹੈ। ਭੈਣੇ ਗੱਲ ਤਾਂ ਤੇਰੀ ਵੀ ਠੀਕ ਹੈ, ਹੁਣ ਮੇਰੀ ਗੱਲ ਸੁਣ, ਜਦੋਂ ਹੁਣ ਫਿਰ ਮੈਂ ਕਿੱਥੋਂ ਭਾਲੂੰਗਾ ਹੁਣ, ਮੈਂ ਤਾਂ ਹਜੇ ਨਾ ਰੋਟੀ ਵੀ ਨਹੀਂ ਖਾਧੀ, ਖੇਤ ਗੇੜਾ ਮਾਰਨ ਗਿਆ ਸੀਗਾ, ਚੱਲ ਆਪਣੇ ਤਾਂ ਵਧੀਆ ਮੀਂਹ ਪੈ ਗਿਆ। ਮੇਰੀ ਗੱਲ ਸੁਣ ਕੇ ਆਈ ਜਾਂ, ਰੋਟੀ ਰੋਟੀ ਖਾ ਲਾ, ਕਿਸੇ ਨੂੰ ਮਾੜਾ ਮੋਟਾ ਇੱਧਰ ਉੱਧਰ ਫੋਨ ਫਾਨ ਲਾ ਕੇ ਪੁੱਛ ਲਾ, ਤੇ ਜੇ ਨਾ ਆਈ ਆਪਾਂ ਘੰਟਾ ਡੇਢ ਘੰਟਾ ਉਡੀਕਦੇ ਆ, ਫਿਰ ਆਪਾਂ ਪਿੰਡ 'ਚ ਅਲੋਸਮੈਂਟ ਕਰਾ ਦਾਂਗੇ, ਹੋਰ ਕੀ ਹੈ। ਭੈਣੇ ਮੇਰੀ ਗੱਲ ਸੁਣ, ਤੂੰ ਤਾਂ ਨਾ ਐਵੇਂ ਭੋਲੀਆਂ ਗੱਲਾਂ ਕਰੀਆਂ ਨੇ, ਤੂੰ ਐਵੇਂ ਨਾ ਅਲੋਸਮੈਂਟ ਕਰਾ ਦੀ, ਕਿਤੇ ਉਹ ਇੱਥੇ ਕਿਤੇ ਗਵਾਂਢ 'ਚ ਬੈਠੀ ਹੋਊਗੀ, ਆ ਕੇ ਉਹ ਤੇਰੇ ਨਾਲ ਲੜੂਗੀ, ਮੇਰੀ ਬੇਇੱਜ਼ਤੀ ਕਰਤੀ, ਤੈਨੂੰ ਪਤਾ ਤਾਂ ਹੈਗਾ ਉਹਦਾ ਸੁਭਾਅ ਕਿਹਾ ਜਿਹਾ ਬੁੜੀ ਦਾ। ਚੱਲ ਐਂ ਕਰਦੇ ਆ ਬਾਈ, ਫਿਰ ਆਥਣ ਤੱਕ ਡੀਕ ਲੈਂਦੇ ਆ ਤੇਰੇ ਮਗਰ ਹੀ ਸਹੀ। ਹਾਂ ਭੈਣੇ ਡੀਕ ਲੈ, ਹਜੇ ਕੋਈ ਗੱਲ ਨਹੀਂ, ਹਜੇ ਮੈਂ ਰੋਟੀ ਰਾਟੀ ਖਾ ਲਾਂ, ਮੈਂ ਦੇਖਦਾ। ਤੂੰ ਤਾਂ ਨਾ ਬਾਈ ਤੜਕੇ ਦੀ 6 ਵਜੇ ਦੀ ਗਈ ਹੈ, ਤੇਰੇ ਸਾਹਮਣੇ 1:30 ਵੱਜ ਗਿਆ। ਉਹ ਭੈਣੇ ਤੂੰ ਐਂ ਆਸੇ ਪਾਸੇ ਕੋਈ 2-4 ਘਰਾਂ ਦੇ ਦੇਖ ਲੈ, ਪੁੱਛ ਪਛ ਲੈ ਵੀ ਕਿੱਧਰ ਗਈ, ਐਂ ਪਤਾ ਲੱਗ ਗਿਆ ਉਹ ਰਾਤ ਨੂੰ ਤਾਂ ਨਹੀਂ। ਤਾਂ ਬਾਈ ਮੈਂ ਸਾਰੇ ਦੇਖ ਕੇ ਤੈਨੂੰ ਫੇਰ ਫੋਨ ਲਾਇਆ, ਨਾਲੇ ਉਹ ਰੋਟੀ ਪਾਣੀ ਕਿਸੇ ਦੇ ਘਰੇ ਨਹੀਂ ਖਾਂਦੀ, ਇੰਨਾ ਟਾਈਮ ਤਾਂ ਉਹ ਭੁੱਖ ਵੀ ਨਹੀਂ ਕੱਟਦੀ। ਭੈਣੇ ਕੋਈ ਨੂੰ ਤੂੰ 1-2 ਘਰਾਂ ਦੇ ਹੋਰ ਜਾਇਆ ਕੋਈ, ਰਾਤ ਤਾਂ ਨਹੀਂ ਹੈਗੀ, ਦੇਣੀ ਹੈ ਸੁਖਣਾ। ਹਾਂ ਚੱਲ ਮੈਂ ਇੰਨੇ ਹੋਰ ਪੁੱਛ ਲੈਂਦੀ ਹਾਂ, ਕਿਸੇ ਨੂੰ ਫੋਨ ਫਾਨ ਲਾ ਕੇ ਪੁੱਛਦੀ ਹਾਂ, ਤੇ ਤੂੰ ਰੋਟੀ ਪਾਣੀ ਖਾ ਲਾ, ਤੇ ਫਿਰ ਬਾਈ ਬਣ ਕੇ ਜੇ ਲੋੜ ਹੋਈ ਤਾਂ ਤੂੰ ਆ ਜਾਈ ਇੱਥੇ ਮੇਰੇ ਕੋਲ। ਭੈਣੇ ਮੇਰੀਆਂ ਕਾਹਦੀਆਂ ਰੋਟੀਆਂ ਨੇ, ਹਨਾ ਜਦੋਂ ਮੈਂ ਦੇਖ ਲਾ ਮੈਨੂੰ ਆਏ ਸੀ, ਅੱਜ ਮੀਂਹ ਪੈ ਗਿਆ ਵਧੀਆ, ਮੈਂ ਝੋਨੇ 'ਚ ਗੇੜਾ ਮਾਰ ਕੇ ਆਇਆ ਸੀਗਾ, ਤੇ ਮਹਾਂ ਸੁੱਖ ਦਾ ਸਾਹ ਆਊਗਾ, ਉਹਦੀ ਕੋਈ ਨਾ ਕੋਈ ਤੁਹਾਡਾ ਪੰਗਾ ਹੋਇਆ ਰਹਿੰਦਾ। ਭੈਣੇ ਮੈਂ ਕੀ ਕਰਾਂ ਫਿਰ ਬਾਈ, ਹੋਰ ਮੈਂ ਹੁਣ ਕਿਹਨੂੰ ਫੋਨ ਕਰਾਂ? ਭੈਣੇ ਉਹ ਤਾਂ ਗੱਲ
ਤੇਰੀ ਠੀਕ ਹੈ, ਫੋਨ ਤਾਂ ਤੂੰ ਮੈਨੂੰ ਹੀ ਕਰਨਾ ਸੀਗਾ ਭੈਣੇ, ਮਾੜਾ ਜਿਹਾ ਕਰਦਾ ਹੁੰਦਾ ਫੋਨ ਫਿਰ ਅਗਲਾ ਭੈਣੇ, ਮਾੜਾ ਜਿਹਾ ਲੇਟ ਕਰਨੀ, ਮੈਂ ਰੋਟੀ ਦਾ ਖਾ ਲੈਂਦਾ ਮਾੜਾ ਜਿਹਾ ਟਕੇਈ ਨਾਲ। ਤੂੰ ਐਂ ਕਰ, ਕੋਈ ਨਾ ਬਾਈ, ਇੰਨੀ ਟੈਨਸ਼ਨ ਕਿਉਂ ਕਰਦਾ, ਇਹ ਤਾਂ ਮੇਰੀ ਟੈਨਸ਼ਨ ਆ, ਮੈਂ ਆਪੇ ਭਾਲ ਲੂੰਗੀ। ਉਹ ਭੈਣੇ ਚੱਲ ਕੇਰਾ, ਪਹਿਲਾਂ ਰੋਟੀ ਖਾ ਲਾ। ਭੈਣੇ ਤੇਰੀ ਟੈਨਸ਼ਨ ਹੀ ਮੇਰੀ ਟੈਨਸ਼ਨ ਬਣ ਜਾਂਦੀ ਹੈ। ਆਹੋ, ਐਂ ਤਾਂ ਹੋ ਹੀ ਜਾਂਦਾ ਬਾਈ। ਚੱਲ ਕੋਈ ਨੀ, ਤੂੰ ਰੋਟੀ ਪਾਣੀ ਖਾ, ਕੀ ਆ ਇੰਨੇ ਬਿੰਦ ਝੱਟ ਨੂੰ ਆ ਜੇ ਕਿਸੇ ਪਾਸਿਓਂ। ਚੰਗਾ ਭੈਣੇ, ਮੈਂ ਖਾਣਾ ਰੋਟੀ। ਠੀਕ ਆ ਬਾਈ, ਚੰਗਾ। ਨਵੇਂ ਤੋਂ ਨਵਾਂ ਪੰਗਾ ਰਹਿੰਦਾ ਰੋਜ਼, ਮੈਨੂੰ ਐਂ ਸੀ ਲੈ, ਮੈਂ ਹਾਂ ਅੱਜ ਤਾਂ ਬੜਾ ਵਧੀਆ ਦਿਨ ਲੰਘੂਗਾ, ਸੁੱਖ ਨਾਲ ਮੀਂਹ ਵੀ ਵਧੀਆ ਪੈ ਗਿਆ, ਮਹਾਂ ਹੁਣ ਹੋਰ ਪੰਗਾ ਖੜਾ ਹੋ ਗਿਆ। ਉਹ ਮੈਂ ਤਾਂ ਆਖਿਆ ਸੀ ਭੈਣ ਨੂੰ, ਮੈਂ ਕੋਈ ਗੱਲ ਨਹੀਂ, ਪਰ ਜੇ ਮਰਦੀ ਹੈ ਬੁੜੀ ਮਰ ਜਾਣ ਦੇ। ਕਹਿੰਦੀ ਵੀ ਲੈ, ਸਾਡੇ ਘਰ ਜਿੰਦਾ ਹੈ ਉਹ ਉੱਤੋਂ ਉੱਤੋਂ ਲੜਦੀਆਂ ਰਹਿੰਦੀਆਂ ਨੇ ਸੱਸ ਨੂੰ। ਹਾਂ ਦੇਖ ਲੈ ਕਿੰਨਾ ਪਿਆਰ ਆਪ 'ਚ। ਲੈ ਬਾਈ ਤਾਂ ਐਵੇਂ ਮਾਰੀ ਜਾਂਦਾ, ਆਖੇ ਭੈਣੇ ਇੱਥੇ ਦੇਖ ਲਾ, ਇੱਥੇ ਦੇਖ ਲਾ। ਮੈਂ ਭਾਵਾਂ ਕਾਂਬੜੀਆਂ ਸਾਰੇ ਘਰਾਂ 'ਚ ਦੇਖ ਆਈ, ਮੈਂ ਤਾਂ ਤੜਕੇ ਦੀ ਮਗਰ ਮਗਰ ਤੁਰੀ ਫਿਰਦੀ ਹੈਗੀ ਵੀ ਇੱਥੋਂ ਵੀ ਥਿਆ ਜੇ, ਬੇਬੇ ਇੱਥੋਂ ਵੀ ਥਿਆ ਜੇ। ਉਹਦੇ ਬਿਨਾਂ ਤਾਂ ਘਰੇ ਸੁੰਨ ਸਰਾਂ ਹੋਈ ਪਈ ਆ। ਚੱਲ ਇੱਧਰ ਦੇਖਦੀ ਹਾਂ ਮਾੜਾ ਜਿਹਾ, ਕਿ ਇੱਧਰ ਨਾ ਕਿਤੇ ਖੜੀ ਹੋਵੇ ਜਾਣ ਕੇ ਮਿੰਨਤ ਪਾਉਣ ਦੀ ਮਾਰੀ। ਲੈ ਬੇਬੇ ਤਾਂ ਇੱਥੇ ਵੀ ਨਹੀਂ ਦਿੰਦੀ ਕਿਸੇ ਪਾਸੇ। ਲੈ ਕੀ ਪਤਾ ਬੇਬੇ ਦਾ, ਨਾ ਬੇਬੇ ਤਾਂ ਕਿਤੇ ਵੀ ਨਹੀਂ। ਚੱਲ ਮੈਂ ਦੇਖਦੀ ਹਾਂ ਇੱਧਰ ਉੱਧਰ ਹੋਰ ਪਾਸੇ। ਆਏ ਕਿੱਧਰ ਟੱਪ ਗਈ ਉਹ, ਅੱਜ ਤਾਂ ਮੈਂ ਲੜੀ ਵੀ ਨਹੀਂ ਉਹਦੇ ਨਾਲ। ਚੱਲ ਕੱਲ੍ਹ ਤਾਂ ਗੁੱਸੇ 'ਚ ਇੰਨਾ ਕੁਛ ਮੈਥੋਂ ਕਿਹਾ ਗਿਆ, ਅੱਜ ਤਾਂ ਮੈਂ ਉਹਨੂੰ ਕੁਛ ਵੀ ਨਹੀਂ ਕਿਹਾ। ਘਰੋਂ ਤਾਂ ਪਰ ਮੈਂ ਹੁਣੀ ਗਈ ਹਾਂ 2-2.5 ਘੰਟਿਆਂ ਦੀ, ਘਰੇ ਤਾਂ ਬੇਬੇ ਕਿੱਥੇ ਹੋਣੀ ਆ। ਮਾੜਾ ਜਿਹਾ ਚੱਲ ਅੰਦਰ ਦੇਖ ਆਉਂਦੀ ਹਾਂ। ਬੇਬੇ, ਮੈਨੂੰ ਤਾਂ ਉਈ ਭੁਲੇਖੇ ਪਈ ਜਾਂਦੇ ਆ। ਬੇਬੇ ਹੋਵੇ ਤਾਂ ਬੋਲੇ, ਬੇਬੇ ਹੈ ਹੀ ਨਹੀਂ ਇੱਥੇ ਕਿਤੇ ਵੀ। ਚੱਲ ਐਂ ਕਰਦੀ ਹਾਂ ਮੈਂ, ਉਹੀ ਗੱਲ ਬਾਈ ਦੀ ਗੱਲ ਸਹੀ ਆ, ਉਹਨੂੰ ਰੋਟੀ ਪਾਣੀ ਖਾ ਲੈਣ ਦੇ। ਚੱਲ ਦੇਖਦੀ ਹਾਂ ਘੰਟਾ ਹੋਰ, ਨਹੀਂ ਫਿਰ ਉਹੀ ਕੰਮ ਕਰਨਾ ਪਊਗਾ, ਗੁਰਦੁਆਰੇ 'ਚ ਹੀ ਅਨਾਊਂਸਮੈਂਟ ਕਰਾਉਣੀ ਪਊਗੀ ਵੀ ਬੇਬੇ ਦਾ ਕੀ ਪਤਾ ਕਿੱਧਰ ਤੁਰ ਗਈ। ਹੁਣ ਪੁੱਛਣਾ ਤਾਂ ਹੁਣ ਪਊਗਾ ਹੀ। ਚੱਲ ਇੱਧਰ ਦੇਖ ਕੇ ਆਉਂਦੀ ਹਾਂ ਮਾੜਾ ਜਿਹਾ ਹੋਰ। ਮੇਰਾ ਤਾਂ ਦਮ ਚੜਿਆ ਪਿਆ ਕਿਹੜੇ ਬਿਨਾਂ ਦਾ, ਮੈਂ ਤਾਂ ਮੰਜੇ 'ਤੇ ਬਹਿ ਕੇ ਵੀ ਨਹੀਂ ਦੇਖਿਆ 10 ਮਿੰਟ। ਅੱਜ ਛੁੱਟੀ ਸੀ ਵੀ ਆਰਾਮ ਹੀ ਕਰ ਲੈਂਦੇ ਘਰੇ ਰਹਿ ਕੇ। ਚੱਲ ਭਾਲ ਕੇ ਲਿਆਉਂਦੀ ਹਾਂ, ਇੱਧਰ ਦੇਖਦੀ ਹਾਂ ਕਿ ਉਈ ਨਾ ਬੈਠੀ ਹੋਵੇ ਕਿਸੇ ਦੇ। ਆ ਗਏ, ਤੁਸੀਂ ਕਿੱਧਰ ਗਏ ਸੀ? ਸਵੇਰ ਦਾ ਗਿਆ, ਇੰਨਾ ਮੀਂਹ ਪਈ ਜਾਂਦਾ ਕਿ ਖੇਤ ਗੇੜਾ ਮਾਰਨ ਵਗ ਗਿਆ ਸੀ। ਉਹ ਮੈਂ ਤਾਂ ਖੇਤ ਗੇੜਾ ਮਾਰਨ ਗਿਆ ਸੀਗਾ। ਚੱਲ ਖੇਤ ਜਾਇਆ, ਵਧੀਆ ਹੋ ਗਿਆ ਤੇ ਜੀਰੀ ਵਧੀਆ ਹੋ ਰਹੀ ਹੈ ਸੋਹਣੀ? ਉਹ ਜੀਰੀ ਤਾਂ ਵਧੀਆ, ਸਾਰੀਆਂ ਰੇਹਾਂ ਵੀ ਪੈ ਗਈਆਂ ਸੀਗੀਆਂ, ਮੀਂਹ ਵੀ ਵਧੀਆ ਪੈ ਗਿਆ ਹਨਾ। ਐ ਵਧੀਆ ਕਿ ਕਹਿੰਦੇ, ਤੂੰ ਐ ਕਹਿ ਵੀ ਬਾਲੀ ਵਧੀਆ ਹੋ ਗਈ, ਇੰਨਾ ਤਾਂ ਮੀਂਹ ਪਿਆ, ਅੱਜ ਤਾਂ ਤੜਕੇ ਦਾ ਪਾਈ ਹੁੰਦਾ ਰੱਬ ਮੀਂਹ। ਉਹ ਕੀ ਕਹਾਂ, ਬਾਲਾ ਵਧੀਆ ਹਾਂ, ਬਾਲਾ ਵਧੀਆ ਹੈ ਨਹੀਂਗਾ। ਕਿਉਂ? ਉਹ ਤੂੰ ਛੱਡ ਪਰੇ ਇਹਨਾਂ ਗੱਲਾਂ ਨੂੰ, ਤੂੰ ਮੈਨੂੰ ਰੋਟੀ ਲਿਆ, ਮੈਂ ਤਾਂ ਰੋਟੀ ਖਾਣੀ ਹੈ। ਰੋਟੀ ਲਿਆ? ਉਹ ਤੈਨੂੰ ਫੇਰ ਹੀ ਦੱਸੂ ਗੱਲ ਮੈਂ, ਤੂੰ ਫੜਾ ਮੈਨੂੰ ਰੋਟੀ, ਭੁੱਖ ਲੱਗੀ ਪਈ ਹੈ। ਗੱਲ ਕੀ ਹੈ ਪਹਿਲਾਂ ਗੱਲ ਦੱਸ, ਰੋਟੀ ਫੇਰ ਲਿਆ ਕੇ ਦਿਓ। ਬੋਲੇ ਤੂੰ ਹੁਣ ਗੱਲ ਦੀ ਹਿੰਟ ਕਰੀ ਜਾਂਦੀ ਹੈ, ਫਿਰ ਆਪ ਹੀ ਤਾਂ ਤੂੰ ਕਹਿੰਦਾ ਕਿ ਰੋਟੀ ਖਾ ਕੇ ਗੱਲ ਦੱਸੂ। ਪਹਿਲਾਂ ਤਾਂ ਭੈਣ ਨੇ ਨਹੀਂ ਇਹ ਗੱਲ ਸੋਚੀ। ਅੱਛਾ, ਪਹਿਲਾਂ ਹੀ ਦੱਸਤਾ ਮੈਂ ਰੋਟੀ ਹਜੇ ਖਾਧੀ ਨਹੀਂ ਸੀ। ਅੱਛਾ, ਭੈਣ ਕੇ ਹੋ ਗਈ ਕੋਈ ਗੱਲ, ਕੀ ਹੋ ਗਿਆ? ਉਹ ਕੀ ਹੋਣਾ ਸੀਗਾ, ਤੈਨੂੰ ਪਤਾ ਤਾਂ ਹੈਗਾ ਰੋਜ਼ ਦਾ ਕਲੇਸ਼ ਆ ਉਹਨਾਂ ਦੇ ਘਰੇ, ਰੋਜ਼ ਦੀ ਲੜਾਈ ਹੈ ਸੱਸ ਨੂੰਹਾਂ ਦੀ। ਫਿਰ ਤੇ ਬੁੜੀ ਪਤਾ ਨਹੀਂ ਕਿੱਧਰ ਗਈ ਹੈ ਤੜਕੇ ਦੀ, ਤੜਕੇ ਉੱਠ ਕੇ ਚਾਹ ਪੀ ਕੇ ਵਾਗੀ ਤੇ ਮੁੜ ਕੇ ਘਰੇ ਨਹੀਂ ਆਈ। ਭੱਜ ਗਈ ਬੁੜੀ? ਉਹ ਤੂੰ ਤਾਂ ਐਂ ਬੋਲੀ ਜਾਂਦੀ ਹੈਗੀ, ਮੇਰੀ ਭੈਣ ਨੂੰ ਫਿਕਰ ਲੱਗਿਆ ਪਿਆ, ਸਾਰੇ ਆਸ ਪਾਣ ਜੇ ਸਾਰੇ ਦੇਖ ਲਈ, ਬੁੜੀ ਤਾਂ ਕਿਤੋਂ ਨਹੀਂ ਥਿਆਈ।
ਕੋਈ ਨੀ, ਕਿਧਰੇ ਨੀ ਜਾਂਦੀ ਬੁੜੀ, ਨਾ ਕਿਧਰੇ ਅੱਜ ਤੱਕ ਗਈ ਹੈ, ਘਰੀ ਆਜੂਗੀ ਮੁੜ ਕੇ। ਐਵੇਂ ਠੰਡ ਚ ਤੁਰ ਗਈ ਹੋ, ਉੱਠ ਕੇ ਅੱਜ ਮੀਂਹ ਪੈਂਦਾ ਸੀ, ਮੀਂਹ ਪੈਂਦੇ ਚ ਕਿਸੇ ਦੇ ਜਾ ਬੜੀ ਹੋ, ਕਿਤੇ ਮਿਲ ਗਏ ਹੋਣਗੇ ਕੋਈ ਗੁਲਗੁਲੇ ਮੱਠੀਆਂ ਖਾਣ ਲੱਗ ਗਈ। ਤੇਰੇ ਵਾਲੀਆਂ ਗੱਲਾਂ ਹੀ ਮੈਂ ਕਹਿਣਾ ਸੀਗਾ ਭੈਣ, ਮਹਾ ਕਿਧਰੇ ਨੀ ਜਾਂਦੀ ਭੈਣੇ ਬੁੜੀ। ਤੈਨੂੰ ਪਤਾ ਮੇਰੀ ਭੈਣ ਕਿੰਨਾ ਫਿਕਰ ਕਰਦੀ ਹੈ, ਕਹਿੰਦੀ ਸਾਡੇ ਘਰ ਦਾ ਜਿੰਦਾ ਸੀ, ਜਿੰਦਾ ਸਿਆਣਾ ਹੁੰਦਾ, ਜਿੰਦਾ ਹੁੰਦਾ, ਮੈਂ ਕੀ ਕਰੂੰਗੀ। ਉਹ ਤਾਂ ਉੱਤੋਂ ਉੱਤੋਂ ਲੜਦੀਆਂ ਰਹਿੰਦੀਆਂ ਨੇ, ਉਹਨਾਂ ਦਾ ਬਾਲੇ ਹੀ ਮੂੰਹ ਚ। ਉਹ ਸਾਰਾ ਦਿਨ ਲੜਾਈ ਤਾਂ ਉਹਨਾਂ ਦੀ ਐਂ ਰਹਿੰਦੀ ਹੈ, ਅੜੀਆਂ ਰਹਿੰਦੀਆਂ ਉਸ ਵਾਂਗੂ ਸਾਰਾ ਦਿਨ। ਹੈ ਹੁਣ ਛੇਤੀ ਫਿਕਰ ਕਰਨ ਲੱਗ ਗਈ ਬੁੜੀ ਦਾ, ਫਿਰ ਕੀ ਗੱਲ ਹੈ ਜੇ ਬਾਗੀ ਆਪੇ ਆ ਜਾਊ ਆਥਣ ਤੱਕ। ਅੱਜ ਤਾਂ ਛੁੱਟੀ ਹੈ ਘਰੇ ਤਾਂ ਹੈਗੀ ਆ ਉਹ, ਘਰੇ ਤਾਂ ਹੈਗੀ ਹੈ, ਫਿਕਰ ਤਾਂ ਹੁੰਦੀ ਹੀ ਹੈ ਬਗੈਰ ਦੱਸੇ ਤੋਂ ਬਾਗੀ। ਚੱਲ ਫਿਕਰ ਤਾਂ ਮੈਂ ਮਨ ਦੀ ਹੋ ਜਾਂਦਾ ਹੈ। ਭੈਣ ਨੇ ਦੱਸਿਆ ਸੀ ਕਹਿੰਦੀ ਬਾਈ ਉਹ ਤਾਂ ਨਾ 5 ਮਿੰਟ ਵੀ ਘਰੋਂ ਨਹੀਂ ਜਾਂਦੀ ਸੀਗੀ। ਲੈ ਉਹ ਕਿੱਥੇ ਜਾਂਦੀ ਸੀ, ਜਾਂ ਤਾਂ ਉਹ ਬਾਹਰ ਚ ਬੈਠੀ ਰਹਿੰਦੀ ਆ ਜਾਂ ਖੁਰ ਲਗਾਈਆਂ ਤੇ ਚੜ ਕੇ ਬੈਠੀ ਰਹਿੰਦੀ ਆ। ਉਹ ਤਾਂ ਹੁਣ ਵਿਚਾਰੀ ਨੂੰ ਡਰ ਹੋਇਆ ਪਿਆ ਵੀ ਕਿਤੇ ਬੁੜੀ ਨਾ ਦਵਾਈ ਪੁੱਛਣ ਦੇ ਇੰਨੀ ਲੜਾਈ ਹੋ ਗਈ ਸੀ ਵੀ ਮੈਂ ਤਾਂ ਨਾ ਤੇਥੋਂ ਖੇੜਾ ਛੁੱਟ ਜੇ ਮਾਰੀ ਜਾਵਾਂ ਵੀ ਕਿਤੇ ਬੁੜੀ ਨੂੰ ਕੁਛ ਹੋ ਹੀ ਨਾ ਗਿਆ ਹੋਵੇ। ਉਹ ਬੁੜੀ ਨੂੰ ਐਂ ਕੀ ਹੁੰਦਾ, ਕੁਛ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ। ਤੇ ਫਿਰ ਦਵਾਈ ਉਹ ਲਿਆ ਕੇ ਦੇ ਦੇ ਜੋ ਸਿੱਟੀ ਆ ਉਹਨੇ ਦਵਾਈ, ਦਵਾਈ ਤਾਂ ਰਾਜ ਦੀ ਗਲਤੀ ਤਾਂ ਰਾਜ ਦੀ ਵੀ ਹੈਗੀ ਹੈ। ਗਲਤੀ ਤੂੰ ਤਾਂ ਕਹੀ ਜਾਣੀ ਹੈ, ਗਲਤੀ ਗਲਤੀ ਕਹੀ ਜਾਣੀ ਹੈ। ਉਹ ਵਿਚਾਰੀ ਕੋਲੇ ਪੈਸੇ ਨਹੀਂ, ਇਹ ਤਨਖਾਹ ਉਹ ਫੇਰੀ ਲਿਆ ਕੇ ਦਿਓ। ਅੱਛਾ ਤਾਂ ਹੀ ਫੋਨ ਲਾਇਆ ਸੀ ਤੈਨੂੰ, ਪੈਸਿਆਂ ਦੀ ਮਾਰੀ ਨਹੀਂ। ਤੈਨੂੰ ਕਹਿੰਦੀ ਉਹ ਬਈ 5-4 ਹਜ਼ਾਰ ਪਾ ਦੇ ਮੋਬਾਈਲ 'ਚ। ਉਹ ਤੈਨੂੰ ਤਾਂ ਨਾ ਬਸ ਇੱਕੋ ਹੀ ਗੱਲ ਦੀ ਫਿਕਰ ਲੱਗੀ ਹੈ, ਪੈਸੇ ਦੀ। ਮੈਂ ਉਹਨੂੰ ਕਿਹਾ ਸੀ ਜਿੱਦੇ 10 ਹਜ਼ਾਰ ਪੂਰਾ ਹੋ ਗਿਆ ਉਹਦੇ ਹੱਡੂ ਤੈਨੂੰ ਫੋਨ ਕਰਨ, ਕਿੰਨੇ ਪੈਸੇ ਕਰੇ ਦੇਖ। ਗੱਲ ਪੈਸਿਆਂ ਦੀ ਨਹੀਂ ਹੈਗੀ। ਉਹ ਵਿਚਾਰੀ ਕਿਹਨੂੰ ਦੱਸੇ ਹੋਰ, ਆਪਦੇ ਭਰਾ ਨੂੰ ਨਾ ਦੱਸੇ, ਭੈਣ ਹੋਰ ਕਿਹਨੂੰ ਦੱਸੇ। ਮੈਸੇਜ ਦਾ ਕੋਈ ਹੈ ਨਹੀਂ ਪੈਸਿਆਂ ਦਾ, ਅੱਜ ਅਸੀਂ ਤਾਂ ਘਰੇ ਨਹੀਂ ਫਿਰਦਾ ਹੈ ਨਾ। ਉਹ ਚੱਲ ਤੂੰ ਛੱਡ ਪਰੇ ਨਾ ਗੱਲਾਂ ਨੂੰ, ਮੇਰੇ ਵਾਸਤੇ ਰੋਟੀ ਲਿਆ। ਲਿਆਦਾ ਨਹੀਂ ਆ, ਦੇਖ ਲੈ ਕਿਹੜੀਆਂ ਗੱਲਾਂ ਕਰਦੀ ਹੈ। ਪੈਸਿਆਂ ਦਾ ਫਿਕਰ ਹੋਇਆ ਪਿਆ ਵੀ ਭੈਣ ਨੂੰ ਕਿਤੇ ਪੈਸੇ ਨਾ ਦੇ ਦੇ। ਉਹ ਮੇਰੀ ਭੈਣ ਨੂੰ ਐਂ ਫਿਕਰ ਹੋਇਆ ਪਿਆ ਵੀ ਬੁੜੀ ਤੜਕੇ ਦੀ ਗਈ ਹੈ ਘਰੋਂ, ਹਜੇ ਮੁੜ ਕੇ ਰਹੀ, ਇਹਨੂੰ ਪੈਸਿਆਂ ਦੀ ਹੋਈ ਪਈ ਹੈ। ਮੇਰਾ ਤਾਂ ਨਾ ਅੱਜ ਸਿਰ ਦੁਖਣ ਲੱਗ ਗਿਆ, ਕਾਹਦਾ ਐਤਵਾਰ, ਮੇਰੇ ਤੇ ਤਾਂ ਅੱਜ ਐਤਵਾਰ ਚੰਦਰ ਹੀ ਚੜਿਆ ਹੈਗਾ। ਤੜਕੇ ਦੀ ਦੇਖ ਲਾ ਨਾ, ਰੋਟੀ ਨਾ ਟੁੱਕ ਨਾ ਚਾਹ ਨਾ ਪਾਣੀ, ਅਸੀਂ ਤੁਰੀ ਫਿਰਦੀ ਹੈਗੀ। ਸਾਰੇ ਘਰਾਂ 'ਚ ਦੇਖਿਆ ਜੀ, ਸਭ ਨੂੰ ਪੁੱਛਿਆ ਜੀ ਵੀ ਕਿਤੇ ਬੇਬੇ ਨੂੰ ਕਿਸੇ ਨੇ, ਪਰ ਅੱਜ ਤਾਂ ਐਤਵਾਰ, ਅੱਜ ਤਾਂ ਕਿਹੜਾ ਬੈਂਕ ਖੁੱਲ੍ਹਾ ਹੋਊਗਾ ਵੀ ਕਿਤੇ ਪਿਲਸਣ ਪੁਲਸਣ ਨਾ ਕਢਾਉਣ ਬਾਗੀ ਹੋਵੇ। ਪਰ ਕਿੱਧਰ ਜਾਣਾ ਉਹਨੇ ਪਿਲਸਣ ਕਢਾਉਣ, ਅੱਜ ਤਾਂ ਛੁੱਟੀ ਹੈਗੀ। ਇਹ ਬਗ ਕਿੱਧਰ ਗਈ ਬੇਬੇ ਦੀ, ਕੋਈ ਸਮਝ ਨਹੀਂ ਆਉਂਦੀ ਮੈਨੂੰ ਗੱਲ ਦੀ। ਅੱਧੀਆਂ ਤਾਂ ਆਂਡਣਾ ਗਵਾਂਢਣਾ ਮੈਨੂੰ ਕਹਿਣ ਲੱਗ ਗਈਆਂ, ਲੈ ਆਖੇ ਬੁੜੀ ਤਾਂ ਤੁਹਾਡੀ ਬਥੇਰੀ ਚੰਗੀ ਹੈ ਭਾਈ, ਤੂੰ ਹੀ ਨਹੀਂ ਚੱਜਦੀ, ਲੈ ਮੇਰੇ 'ਚ ਦੱਸ ਕੀ ਖੋਟ ਆ। ਜੇ ਮੇਰੇ 4 ਮਾਰਨ ਛਿੱਤਰ ਬਿਠਾ ਕੇ ਜੇ ਮੈਂ ਕੁਛ ਗਲਤ ਬੋਲਦੀ ਹੋਵਾਂ, ਜਦੋਂ ਪਹਿਲਾਂ ਆਪ ਪੰਗੇ ਲੈਂਦੀ ਹੈ ਮੇਰੇ ਨਾਲ, ਚੱਲ ਮੇਰਾ ਤਾਂ ਸਿਰ ਬਾਹਲਾ ਦੁਖੀ ਜਾਂਦਾ। ਚਾਹ ਕਰਕੇ ਫਿਰ ਕਿਸੇ ਨੂੰ ਫੋਨ ਲਾ ਕੇ ਪੁੱਛਦੀ ਹਾਂ, ਮਾਮੇ ਕਿਆਂ ਨੂੰ ਪੁੱਛੂੰਗੀ ਫੋਨ ਲਾ ਕੇ, ਉਹ ਰਹਿ ਗਏ ਇਕੱਲੇ। ਹੁਣ ਇਹਨਾਂ ਦੇ ਪਿੰਡ ਆ ਕੇ ਹੁਣ ਦਵਾਈ ਇਹਨਾਂ 'ਤੇ ਲਊ, ਹੁਣ ਭਾਵੇਂ ਗੁਰਲਾਲ ਦਵਾਵੇ ਅਤੇ ਭਾਵੇਂ ਉਹਦੀ ਭੈਣ ਦਵਾਵੇ, ਭੈਣ ਨੇ ਤਾਂ ਇਹਨੇ ਸਿੱਟਤੀ, ਮੈਨੂੰ ਦਵਾਈ ਬਿਨਾਂ ਬਿੰਦ ਨਹੀਂ ਸਰਦਾ। ਹੁਣ ਇਹਦੀ ਭਰਜਾਈ ਜੀ ਪਤਾ ਨਹੀਂ ਕੀ ਕਹੂਗੀ, ਉਹ ਤਾਂ ਦੂ ਲੜਾਈ ਦਾ ਕੁਛ ਹੈ। ਕੀ ਕਰਦੀ ਆ ਬੜਾ ਬਾੜ ਆਈ ਜਾਂਦੀ ਆ ਮਾਸੀ ਤੂੰ? ਹਾਂ ਮੈਂ। ਤੂੰ ਕਿਵੇਂ ਆ ਗਈ? ਤੁਹਾਡੇ ਘਰੇ ਆਈ ਆ ਮੈਂ, ਹੋਰ ਕਿਵੇਂ ਆ ਗਈ ਪੈਰਾਂ ਨਾਲ? ਸਾਡੇ ਘਰੇ ਤਾਂ ਤੂੰ ਆਈ ਹੈ, ਰਾਜਵੀਰ ਨੇ ਤੈਨੂੰ ਸਾਰੇ ਪਿੰਡ 'ਚ ਭਾਲ ਲਿਆ। ਹਾਂ ਤੂੰ ਰਾਜਵੀਰ ਨੂੰ ਦੱਸ ਕੇ ਆਈ ਹੈ? ਰਾਜਵੀਰ ਨੂੰ ਮੈਂ ਦੱਸ ਕੇ ਨਹੀਂ ਆਈ, ਮੈਂ ਤਾਂ ਤੁਹਾਡੇ ਘਰੇ ਹੁਣ ਪੈਸੇ ਲੈਣ ਆਈ ਹਾਂ ਦਵਾਈ ਨੂੰ। ਮੇਰੀ ਦਵਾਈ ਤਾਂ ਸਿੜਤੀ ਉਹਨੇ, ਨਾ ਲਿਆਉਂਦੀ ਹੈ ਨਾ ਪੈਸੇ ਦਿੰਦੀ ਹੈ। ਨਾ ਤੇਰੇ ਕੋਲ ਹੁਣ ਪੈਸੇ ਹੈ ਨਹੀਂ ਗੇ, ਜਿਹੜੇ ਬੈਂਕਾਂ 'ਚ ਜਮ੍ਹਾਂ ਕਰੀ ਬੈਠੀ ਉਹਦੀ ਲਿਆ ਦਵਾਈ ਨਾ, ਉਹਦੀ ਮੈਂ ਕਿਵੇਂ ਲੈ ਆਵਾਂ? ਸੁਹਾ ਲਾਉਂਗੀ ਨਾ, ਸਾਤੋਂ ਕਾਹਤੋਂ ਲਏਂਗੀ? ਲਵਾਂ ਨਾ ਸਾਥੋਂ, ਉਮਾ ਮਰ ਜਾਣੀ ਮਾਸੀ। ਉਹ ਤਾਂ ਹੈ ਨਹੀਂ, ਉਹ ਤਾਂ ਖੇਤ ਗਿਆ ਹੋਇਆ, ਉਹਦਾ ਹੱਥ ਨਹੀਂ ਆਊਗਾ ਦਵਾਈ ਤਾਂ। ਹੱਥ ਨਹੀਂ ਆਊ ਕਦੋਂ ਤਾਂ ਆਊਗਾ, ਮੈਂ ਤਾਂ ਤੁਹਾਡੇ ਬਾਹਰ ਕੇ ਬੈਠੀ ਹਾਂ ਫਿਰ। ਨਾ ਮੈਂ ਤਾਂ ਜਾਂਦੀ ਸੀ ਮਾੜਾ, ਮੈਂ ਤਾਂ ਤਾਏ ਕੇ ਘਰੇ ਜਾ ਕੇ ਆਉਂਦੀ ਸੀ, ਕੰਮ ਸੀ। ਚੱਲ ਆ ਜਾ ਹੁਣ ਜਦੋਂ ਆਈ ਬਾਹਰ, ਮੈਂ ਤਾਂ ਬਾਹਰ 'ਚ ਬਹਿ ਜੂ।
ਆ ਹੁਣ ਤੇਰੇ ਵਾਲੀ ਕੀ ਕਰਨੀ ਆ, ਤੂੰ ਤਾਂ ਇੱਥੇ ਹੋਈ ਗੱਲ, ਸਾਡੇ ਵੀ ਗਮਾਂਡਗਾ ਨੂੰ ਹਸਾ ਦੇਂਗੀ, ਲੋਕ ਦੇਖ ਦੇਖ ਨੰਗਣਗੇ। ਤੂੰ ਤਾਂ ਜਾਈ ਜੀ ਲਗੂ ਤੇ ਨੰਦ ਦੀ ਕਰਤੂਤ ਦਾ ਨੇ ਸੋਡਾ, ਤੂੰ ਤਾਂ ਜਾਈ ਜੀ ਹੈਗੀ ਹੈਗੀ ਐ, ਆ ਜਾ ਹੁਣ ਨੰਗਿਆ ਫਿਰ, ਤੇਰੀ ਕਰਤੂਤ ਤਾਂ ਬਾਹਲੀ ਚੰਗੀ ਐ ਜਿਹਨੇ। ਨਹੀਂ ਜੀ ਗੱਲ ਕੀ ਹੋ ਗਈ, ਜੇ ਕਰੇ ਵਾਈ ਸਿਰ ਤੇ ਆ ਲੜਦੀਆਂ ਕਾਹ ਤੋਂ ਰਹਿਣੀਆਂ ਸਾਰਾ ਦਿਨ ਤੁਸੀਂ, ਸਾਰਾ ਦਿਨ ਲੜ ਗਏ, ਮੈਂ ਤਾਂ ਕੁਛ ਨਹੀਂ ਕਹਿੰਦੀ, ਉਹਨਾਂ ਨੇ ਮੈਂ ਦਵਾਈ ਸਿਰ ਤੇ ਕਿ ਤੂੰ ਵੈਸੇ ਕਿੱਥੋਂ ਲਿਆਈ ਦਵਾਈ ਨੂੰ, ਤੇ ਫਿਰ ਐਂ ਦੱਸ ਮੈਨੂੰ ਹੁਣ ਤਾਂ ਤੂੰ ਕਹਿੰਦੀ ਆ ਕਿ ਮੈਨੂੰ ਦਵਾਈ ਤੁਸੀਂ ਦਵਾਓ, ਤੇ ਜਦੋਂ ਤੂੰ ਰਾਜਵੀਰ ਨੂੰ ਤਾਂ ਪੈਸੇ ਨਹੀਂ ਸੀ ਦਿੱਤੇ ਉਦੋਂ ਤੇਰੇ ਕੋਲੇ ਕਿੱਥੋਂ ਆਏ? ਨਾ ਹੁਣ ਪਿੰਡ ਤਾਂ ਨਹੀਂ ਮਰ ਗਿਆ, ਆਂਡੀ ਗਵਾਂਡੀ ਹੀ ਗਵਾਂਡੀਆਂ ਨੂੰ ਫੜ ਕੇ ਲੈ ਆਈ, ਨਾ ਫਿਰ ਹੁਣ ਪਿੰਡ ਮਰ ਗਿਆ, ਹੋਰ ਪਿੰਡਾਂ ਰੋਜ਼ ਹੀ ਕਿੱਥੋਂ ਦੇਈ ਜਾਓ ਮੈਨੂੰ? ਅੱਛਾ ਮੈਂ ਦਵਾਈ ਲਿਆ ਕਰੂ ਲੋਕਾਂ ਤੋਂ ਪੈਸੇ ਫੜ ਕੇ, ਤੇ ਉਹ ਸਿੜ ਦਿਆ ਕਰੂਗੀ। ਚੱਲ ਭਾਈ ਆ ਜਾ ਬਾਗ, ਚੱਲ ਦੇਖ ਮਾਸੀ ਚਾਹ ਪਾਣੀ ਪੀ ਜਾ, ਰੋਟੀ ਟੁੱਕ ਬਣਾ ਦਾਨੀ ਆ, ਪੈਸੇ ਤਾਂ ਮੇਰੇ ਕੋਲੇ ਹੈ ਨਹੀਂ, ਤੇ ਨਾ ਇਹਦਾ ਬਾਈ ਆ ਘਰੇ, ਇਹਦਾ ਬਾਈ ਤਾਂ ਹੱਥ ਨਹੀਂ ਆਊਗਾ, ਤਾਂ ਮੋਟਰ ਛੱਡੀ ਹੋਈ ਹੈ। ਮੈਂ ਤਾਂ ਹੱਥਾਂ ਦਾ ਹੀ ਬੈਠੀ ਰਹੂ, ਮੈਂ ਕਿਹੜਾ ਕੰਮ ਕਰਨਾ, ਆਪੇ ਦੇਊਗਾ। ਹਾਂ ਹੁਣ ਤੂੰ ਪਹਿਲਾਂ ਤਾਂ ਉਹਨੂੰ ਤਪਾਉਂਦੀ ਸਾਡੀ ਕੁੜੀ ਨੂੰ, ਅੱਜ ਤੂੰ ਮੈਨੂੰ ਤਪਾਉਣ ਲੱਗੀ ਆ ਕੇ ਤਪਾਉਂਗੀ, ਹਾਂ ਫੇਰ ਹੀ ਪਤਾ ਲੱਗੂ ਸਾਨੂੰ। ਦੇਖ ਮੈਂ ਤਾਂ ਛੱਡ ਕੇ ਨਾ ਘਰੋਂ ਵਗ ਜੂੰਗੀ, ਤੇ ਸਾਡੀ ਕੁੜੀ ਹੈ ਜਿਹੜੀ ਤੇਰੀ ਸਿਰ ਦਰਦੀ ਝੱਲੀ ਜਾਂਦੀ ਆ, ਮੈਥੋਂ ਨਹੀਂ ਝੱਲੀ ਚੁੱਲੀ ਦੀ। ਬਹਿ ਜਾ ਕੇ ਇੱਕ ਦਿਨ ਘਰੋਂ ਜਾਵੇਂਗੀ, ਮੈਂ ਇੱਥੇ ਬੈਠੀ ਆ। ਬਹਿ ਜਾ ਜਾ ਕੇ, ਆਹੋ ਤੂੰ ਵਗ ਜਾ ਜਿੱਦਾਂ ਜਾਣੀ ਆ। ਮੈਂ ਕਿੱਥੇ ਲਹੂ ਪੀਤਾ ਨਹੀਂ, ਮੈਂ ਮਰ ਜਾ, ਹੋ ਜਾ ਕੇ ਬਹਿਗੀ ਕੁਰਸੀ ਤੇ, ਬੜਾ ਸਿਆਪਾ ਹੋਇਆ, ਹੁਣ ਮੈਂ ਕਿੱਧਰ ਜਾਵਾਂ? ਹੁਣ ਫੋਨ ਵੀ ਹੈ ਨਹੀਂ ਮੇਰੇ ਕੋਲੇ, ਤਾਂ ਫੋਨ ਵੀ ਉਹ ਨਾਲ ਲੈ ਗਿਆ, ਮੈਂ ਤਾਂ ਲੈ ਉਹ ਐਂ ਡਰਦੀ ਨੇ ਖੇਤ ਭੇਜਿਆ ਸੀ ਵੀ ਕਿਤੇ ਇਹਦੇ ਕੋਲੇ ਨਾ ਵਗ ਜੇ, ਭੈਣ ਕੋਲੇ ਕਿਤੇ, ਉੱਥੇ ਜਾ ਕੇ ਉਹਨਾਂ ਨੂੰ ਪੈਸਾ ਧੇਲੀ ਦੇ ਆਵੇ ਜਾਂ ਬੁੜੀ ਨੂੰ ਦਵਾਈ ਦਵੂਈ ਦਵਾਉਣ ਵਗ ਜੇ, ਉਹਦਾ ਕੀ ਪਤਾ, ਅਤੇ ਆ ਬੁੜੀ ਨੇ ਨਵੀਂ ਚੰਦ ਚੜ੍ਹਾ ਤਾਂ ਬੁੜੀ ਇੱਥੇ ਆ ਕੇ ਵੇਗੀ, ਮੈਂ ਤਾਂ ਕਹਿੰਦੀ ਮੈਂ ਤਾਂ ਹੱਥਾਂ ਤੱਕਰ ਬੈਠੀ ਰਹੂੰ, ਹੱਥਾਂ ਤੱਕਰ ਨਹੀਂ ਹਿਲਦੀ, ਹੁਣ ਕਿਵੇਂ ਕਰਾਂ? ਐਂ ਕਰਦੀ ਹਾਂ ਇਹਨੂੰ ਚਾਹ ਪਾਣੀ ਕਰਕੇ ਦੇ ਜਾਂਦੀ ਹਾਂ, ਤਾਏ ਕੇ ਘਰੇ ਜਾ ਆਉਂਦੀ, ਉਹਨਾਂ ਦੇ ਘਰੋਂ ਫੋਨ ਲਵਾ ਲੂੰਗੀ, ਬਾਰ ਬੂਟ ਲਾ ਜੂੰਗੀ, ਜਿੰਦੇ ਲਾ ਜੂੰਗੀ, ਇਹਦਾ ਤਾਂ ਐਂ ਨਹੀਂ ਪਤਾ ਕੀ ਚੱਕ ਕੇ ਤੁਰ ਜੇ ਬੁੜੀ, ਤੇ ਮੈਨੂੰ ਤਾਂ ਘੱਟ ਹੀ ਯਕੀਨ ਹੈ। ਚੱਲ ਜਾਂਦੀ ਹਾਂ ਕੋਲੇ, ਫਿਰ ਆਖੂਗੀ ਇੱਧਰ ਜਾ ਕੇ ਬੈਗੀ। ਮਾਸੀ ਚਾਹ ਬਣਾਵਾਂ? ਚਾਹ ਦੀ ਤਾਂ ਬਸ ਮੈਂ ਲੋੜ ਨਹੀਂ ਹੈਗੀ, ਥੋੜੀ ਜਿਹੀ ਬਣਾ ਦੇਣੀ, ਫਿਰ ਰੱਖੇਗੀ, ਚਾਹ ਨਹੀਂ ਕਰੀ ਕਰੇਗੀ ਇਹਨੂੰ। ਆਹੋ ਤਾਂ ਮੈਨੂੰ ਤੁਹਾਡਾ ਪਤਾ ਹੀ, ਚਾਹ ਪੀਣ ਵਾਲੇ ਮੈਂ ਤਾਂ ਪੈਸੇ ਦੇ ਦੇ, ਪੈਸਿਆਂ ਦੀ ਲੋੜ ਆ ਤੂੰ ਦੇ ਦੇ। ਲੈ ਮੈਂ ਕਿੱਥੋਂ ਦੇ ਦਿਆਂ, ਮੈਂ ਤਾਂ ਉਹੀ ਗੱਲ ਬੈਂਕ 'ਚ ਕਢਾ ਕੇ ਲਿਆਈ ਆ, ਮੇਰੇ ਕੋਲੇ ਚੈੱਕ ਪਿਆ ਤੈਨੂੰ ਕੱਟ ਕੇ ਦੇ ਦਿਆਂ। ਹੋਰ ਹੁਣ ਚੈੱਕ ਕੌਣ ਦੇਊਗਾ, ਤੇਰੇ ਕੋਲ ਸਭ ਕੁਝ ਦੇਖੋ ਤਾਂ ਆਊਗਾ ਹੱਥ ਨੇ, ਤੇ ਮੈਂ ਨਾ ਤਾਏ ਕੇ ਘਰੇ ਜਾਂਦੀ ਹਾਂ, ਮੈਂ ਤਾਂ ਫੋਨ ਲਾਉਂਦੀ ਹਾਂ ਉਹਨੂੰ ਜਾ ਕੇ, ਮੇਰੇ ਤਾਂ ਫੋਨ ਨਹੀਂ ਘਰੇ ਹੈਗਾ, ਉਹ ਲੈ ਗਿਆ। ਇੱਥੇ ਬੈਠੀ ਆ ਮੈਂ ਤਾਂ, ਕੋਈ ਨਹੀਂ ਬੈਠੀ ਰਹਿ, ਮੈਂ ਤਾਂ ਰਾਤ ਨੂੰ ਵੀ ਨਹੀਂ ਜਾਂਦੀ, ਇੱਥੇ ਰਹੂੰਗੀ। ਆ ਜਾਣਦੇ ਉਹਨੂੰ, ਤੇਰਾ ਤਾਂ ਕੁਛ ਕਰਾਂਗੀ, ਤੈਨੂੰ ਤਾਂ ਉਹੀ ਗੱਲ ਵਿਦਾ ਕਰਾਂਗੀ, ਕਿਸੇ ਲੋਟਾ ਕਰੇ ਨਾ ਵਿਦਾ, ਪੈਸੇ ਉਹ ਤਾਂ ਫੜ ਲਾ ਲਈ, ਇਹਦਾ ਤਨਖਾਹ ਆਉਂਦੀ ਹੈ, ਪਹਿਲਾਂ ਜ਼ਮੀਨ ਨਾ ਲਵਾ ਲਈ 5 ਕਿੱਲੇ। ਤੂੰ ਮਾਸੀ ਪੁੱਠੇ ਕੰਮ ਜੇ ਨਾ ਹੁਣ ਛੇੜ ਗੱਲਾਂ ਦੀਆਂ, ਮੈਂ ਤੈਨੂੰ ਦੱਸਾਂ ਟਿਕ ਕੇ ਬੈਠੀ ਰਹਿ, ਤੈਨੂੰ ਤਾਂ ਲੱਗਦਾ ਮੈਂ ਉਹਨੂੰ ਲਿਆਉਣੀ ਆ ਸੱਦ ਕੇ, ਤਾਂ ਜਿੰਦੇ ਲਾਏ ਹੋਣ ਲਾ ਕੇ, ਮੈਂ ਕਿਹੜਾ ਕੋਈ ਚੋਰੀ ਕਰਦੀ ਆ, ਜਿੰਦੇ ਲਾ ਕੇ ਜਾਂਦੀ ਹੈ। ਲੈ ਜਿੰਦੇ ਤਾਂ ਹੁਣ ਲਾਉਣੀ ਪੈਂਦੇ ਹੈਗੇ, ਮੈਂ ਜੋ ਘਰੇ ਨਹੀਂ ਕੋਈ, ਮੈਂ ਚੋਰਤੀ ਤਾਂ ਨਹੀਂ। ਦੇਖ ਮਾਸੀ ਮੈਨੂੰ ਤਾਂ ਯਕੀਨ ਨਹੀਂ ਹੈਗਾ, ਪਹਿਲਾਂ ਮੇਰੀ ਨਣਦ ਨੇ ਬਥੇਰਾ ਕੁਛ ਕੀਤਾ, ਆਈ ਸੀ ਇੱਥੇ ਉਹੀ ਗੱਲ ਸਭ ਕੁਛ ਕਰਵਾਤਾ ਸੀ, ਮੈਨੂੰ ਤਾਂ ਐਂ ਲੱਗਦਾ ਵੀ ਅੱਜ ਵੀ ਤੂੰ ਕਿਸੇ ਉਸ ਨਾਲ ਹੀ ਆਈ ਹੈ, ਚਾਲ ਨਾਲ ਹੀ ਆਈ ਹੈ। ਜੇ ਤੇ ਨੰਦ ਨੇ ਚੋਰੀ ਕਰੀ ਮੈਂ ਨਹੀਂ ਕਰਦੀ। ਆਹੋ ਆ ਦੇਖ ਹੁਣ ਜਿੰਦੇ ਤਾਂ ਲਾਉਣੇ ਪੈਂਦੇ, ਜਦੋਂ ਘਰੇ ਨਹੀਂ ਬੰਦਾ ਕੋਈ, ਹੁਣ ਤੇਰੇ ਭਰੋਸੇ ਮੈਂ ਕਿਵੇਂ ਛੱਡ ਜਾਂ, ਫਿਰ ਜੇ ਕੋਈ ਚੀਜ਼ ਸਾਡੀ ਚੱਕੀ ਗਈ ਫਿਰ ਤੂੰ ਐਂ ਕਹਿ ਦੇ ਵੀ ਤੂੰ ਮੇਰੇ ਸਿਰ ਲਾਉਣੀ ਹੈ, ਮੈਂ ਤਾਂ ਇਸੇ ਗੱਲ ਦੀ ਮਾਰੀ ਜਿੰਦੇ ਲਾ ਕੇ ਗਈਆਂ ਵੀ ਤੇਰੇ ਤੇ ਨਾ ਕੋਈ ਇਲਜ਼ਾਮ ਆਵੇ, ਗੱਲ ਤਾਂ ਲਾ ਦੇ ਵਗ ਜਾ ਲਾ ਕੇ, ਲੈ ਲਾ ਤਾਂ ਦਿੱਤੇ ਲਾ ਦੇ। ਦੇਖ ਮਾਸੀ ਬੁਰਾ ਨਾ ਮੰਨੀ, ਗਲਤ ਨਾ ਸਮਝੀਏ ਇਸ ਨੂੰ, ਜਿੰਦੇ ਲਾਏ ਹੈਗੇ ਹੁਣ ਤੂੰ ਹੈ ਕਹਿਨੀ ਹੈ,
ਚੰਗਾ ਫਿਰ ਮੈਂ ਜਾਇਆ ਮੈਂ ਫੋਨ ਕਰਕੇ ਆਉਣੀ ਉਹਨੂੰ ਬਾਹਲਾ ਟਾਈਮ ਨਹੀਂ ਲਾਉਂਦੀ ਬਾਜਾ ਫੋਨ ਕਰਿਆ ਤੇ ਦੇਖ ਮੈਂ ਪੈਸੇ ਲੈ ਲੈਣਾ ਤਾਂ ਜਾਂਦੀ ਨਹੀਂ ਕੁਛ ਕਰੀ ਜਾ ਚੱਲ ਕੋਈ ਨਹੀਂ ਬੈਠੀ ਰਹਿ ਜੀ ਪਾਣੀ ਪੀਣਾ ਹੋਇਆ ਤਾਂ ਰਸੋਈ ਚ ਪਿਆ ਉੱਠ ਕੇ ਪੀ ਲਈ ਤੇ ਜੇ ਪੀਣਾ ਤਾਂ ਮੈਂ ਫੜਾ ਜਾਂਦੀ ਹਾਂ ਨਾ ਮੈਂ ਤਾਂ ਤੁਹਾਡੇ ਘਰ ਦਾ ਪਾਣੀ ਪੀਂਦੀ ਨਹੀਂ ਚੰਗਾ ਨਾ ਪੀ ਫਿਰ ਬੈਠੀ ਰਹਿ ਆਹੋ ਦੇਰ ਫੈਣੀ ਜੀ ਗਿੱਠਕਰੀ ਹੈਗੀ ਆ ਜਿੰਦੇ ਲਾ ਕੇ ਗਈ ਹੈ ਓਨੀ ਧਰਤੀ ਚ ਓਨੀ ਤਾਹ ਮੈਂ ਇੱਥੇ ਦੱਸ ਤੁਹਾਡੇ ਚੋਰੀ ਕਰਦੀ ਹਾਂ ਕੀ ਤੁਹਾਡੇ ਚੋਰੀ ਕਰਨ ਨੂੰ ਪੈਸੇ ਤੇਰੇ ਐਂ ਧਰੇ ਪਏ ਆ ਸੱਤ ਬੈਂਕਾਂ 'ਚ ਧਰੇ ਹੋਣਗੇ ਗੱਲ 3 ਵਜਣ ਵਾਲੇ ਹੋ ਗਏ ਬੇਬੇ ਦਾ ਤਾਂ ਹਜੇ ਵੀ ਨਹੀਂ ਕੋਈ ਆ ਤਾਂ ਪਤਾ ਲਬਾਈ ਹੋਰਾਂ ਨੇ ਤਾਂ ਆਪ ਉਹੀ ਗੱਲ ਤਾਂ 1:30 ਵਜੇ ਦਾ ਫੋਨ ਲਾਇਆ ਮੈਂ ਬਾਈ ਨੂੰ ਨਾ ਬਾਈ ਨੇ ਮੈਨੂੰ ਕੋਈ ਜਵਾਬ ਸਵਾਲ ਦਿੱਤਾ ਵੀ ਚੱਲ ਫੋਨ ਫਾਨ ਲਾ ਕੇ ਪੁੱਛ ਲੈਂਦਾ ਕਿਸੇ ਨੂੰ ਰਿਸ਼ਤੇਦਾਰੀ 'ਚ ਵੀ ਮੈਂ ਰੋਟੀ ਖਾ ਕੇ ਫੋਨ ਲਾਉਣਾ ਉਹੀ ਗੱਲ ਕਿਸੇ ਨੂੰ ਕਿਸੇ ਦੀ ਟੈਨਸ਼ਨ ਦਾ ਕੀ ਹੈਗਾ ਉਹ ਤਾਂ ਪਹਿਲੀ ਆਖੀ ਜਾਂਦਾ ਸੀ ਕਿ ਭੈਣੇ ਸੁੱਟ ਤਾਂ ਰੋਜ਼ ਦਾ ਹੋ ਗਿਆ ਜੱਬ ਮੈਂ ਹੁਣ ਕੀ ਕਰਾਂ ਆ ਮਾਮੇ ਕਿਆਂ ਨੂੰ ਨਾ ਫੋਨ ਲਾ ਕੇ ਪੁੱਛਾਂ ਕੀ ਆ ਉੱਥੇ ਨਾ ਵੱਗ ਗਈ ਹੋਵੇ ਚੱਲ ਮੈਂ ਮਾਮੇ ਕਿਆਂ ਨੂੰ ਪੁੱਛਦੀ ਹਾਂ ਫੋਨ ਲਾ ਕੇ ਇੱਕ ਤਾਂ ਉਹਨਾਂ ਦਾ ਨੰਬਰ ਨਹੀਂ ਇੱਥੇ ਆਉਂਦਾ ਛੇਤੀ ਛੇਤੀ ਮੈਨੂੰ ਤਾਂ ਲੱਗਦਾ ਆਹੀ ਨੰਬਰ ਆ ਮਾਮੇ ਕਾ ਹੈਲੋ ਭਾਈ ਕੌਣ ਬੋਲਦਾ ਹੈ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਭਾਈ ਮੈਂ ਤਾਂ ਰਾਜਵੀਰ ਬੋਲਦੀ ਆ ਭਾਈ ਰਾਜਵੀਰ ਕਿਹੜੀ ਤੁਹਾਡੀ ਭੈਣ ਦੀ ਨੂੰਹ ਬੋਲਦੀ ਆ ਮਾਮਾ ਜੀ ਮਾਇਆ ਦੀ ਨੂੰਹ ਬੋਲਦੀ ਆ ਮੈਂ ਤਾਂ ਮਾਇਆ ਦੀ ਅੱਛਾ ਅੱਛਾ ਪੁੱਤ ਹੁਣ ਤਾਂ ਮੇਰੇ ਸਿਆਣ ਚ ਆ ਗਈ ਹੋਰ ਠੀਕ ਰਹਿੰਦੇ ਹੋ ਹਾਂ ਪੁੱਤ ਮੇਰੀ ਭੈਣ ਦਾ ਕੀ ਹਾਲ ਹੈ ਮਾਇਆ ਦਾ ਬਸ ਠੀਕ ਆਈ ਮਾਮਾ ਜੀ ਮੈਂ ਤੁਹਾਨੂੰ ਐਂ ਪੁੱਛਦੀ ਸੀ ਵੀ ਇੱਥੇ ਤਾਂ ਨਹੀਂ ਆਈ ਹੈਗੀ ਬੇਬੇ ਨਾ ਪੁੱਤ ਇੱਥੇ ਸਾਡੇ ਕੋਲ ਤਾਂ ਆਈ ਨੀ ਬਾਲਾ ਚਿਰ ਹੋ ਗਿਆ ਸਾਡੇ ਕੋਲ ਤਾਂ ਕਦੇ ਆਈ ਨੀ ਸਾਡੀ ਉਹਨੂੰ ਕਿੱਥੇ ਯਾਦ ਆਉਂਦੀ ਹੈ ਜੀ ਅੱਜ ਤੜਕੇ ਦੀ ਆ ਮਾਮਾ ਪਤਾ ਨਹੀਂ ਕਿੱਥੇ ਗਈ ਹੈਗੀ ਤੇ ਮੈਂ ਤਾਂ ਸਾਰੇ ਕਿਤੇ ਭਾਲੇ ਉਹਨੂੰ ਸਾਰੇ ਪਿੰਡ 'ਚ ਭਾਲ ਲਿਆ ਕਈ ਜਣਿਆਂ ਨੂੰ ਫੋਨ ਲਾ ਲਾ ਕੇ ਵੀ ਪੁੱਛ ਲਿਆ ਫਿਰ ਮੈਂ ਕਿਹਾ ਚੱਲ ਇੱਥੇ ਨਾ ਆ ਗਈ ਹੋਵੇ ਕਿਤੇ ਨਾ ਪੁੱਤ ਇੱਥੇ ਤਾਂ ਕਿੱਥੇ ਆਈ ਹੈਗੀ ਮੈਨੂੰ ਤਾਂ ਆਪ ਨੂੰ ਨਹੀਂ ਰੋਟੀਆਂ ਮਿਲਦੀਆਂ ਪੁੱਤ ਉਹਨੂੰ ਤਾਂ ਇੱਥੇ ਕੌਣ ਰੋਟੀਆਂ ਖਵਾਊਗਾ ਲੈ ਤੁਹਾਡੀ ਤਾਂ ਬਾਹਲੀ ਜੂਨ ਮਾੜੀ ਆ ਮਾਮਾ ਜੀ ਹੈਨਾ ਭਾਈ ਜਦੋਂ ਬੁੱਢੇ ਹੋ ਜਾਂਦੇ ਸਾਰਿਆਂ ਦੀ ਜੂਨ ਆਈ ਹੋ ਜਾਂਦੀ ਹੈ ਪੁੱਤ ਤੈਨੂੰ ਵੀ ਪਤਾ ਲੱਗੂ ਜਦੋਂ ਤੂੰ ਬੁੱਢੀ ਹੋ ਗਈ ਫੇਰ ਪਤਾ ਲੱਗੂ ਆਹੋ ਸਹੀ ਗੱਲ ਆ ਇਹ ਤਾਂ ਹਰੇਕ ਤੇ ਆਉਂਦਾ ਮਾਮਾ ਟਾਈਮ ਹਾਂ ਪੁੱਤ ਜਦੋਂ ਬੁਢੇਪਾ ਆਉਂਦਾ ਨਾ ਉਦੋਂ ਪਤਾ ਲੱਗਦਾ ਹੁਣ ਮੈਂ ਤੈਨੂੰ ਤੂੰ ਤਾਂ ਉਹੀ ਗੱਲ ਆਪਦਾ ਦੁੱਖ ਸੁਣਾਉਣ ਲੱਗ ਜਾਣਾ ਮੈਨੂੰ ਮੈਂ ਵੀ ਆਪਦਾ ਦੁੱਖ ਦੱਸਣਾ ਸੀਗਾ ਤੈਨੂੰ ਇੱਥੇ ਤਾਂ ਪੁੱਤ ਤੂੰ ਆਇਆ ਕਰ ਪੁੱਤ ਉਹਨੂੰ ਇੱਥੇ ਕਾਸ ਕਮਾਣ ਚ ਕਿਤੇ ਦੇਖ ਲੈ ਹੋਰ ਵਿਚਾਰੀ ਨੇ ਉਧਰ ਉਹਨੇ ਕਿੱਧਰ ਜਾਣਾ ਹੈਗਾ ਮਾਮਾ ਜੀ ਮੈਂ ਸਾਰੇ ਕਿਤੇ ਭਾਲ ਆਈ ਕਿਤੇ ਨਹੀਂ ਆਈ ਹੈਗੀ ਮੈਨੂੰ ਕੱਲ ਮੇਰੇ ਨਾਲ ਲੜ ਪਈ ਸੀ ਉਹ ਤੁਹਾਡਾ ਭਲਾ ਹੋ ਜੇ ਤੁਸੀਂ ਕਿਹੜੀ ਗੱਲ ਪਿੱਛੇ ਲੜਦੀਆਂ ਪੁੱਤ ਕੀ ਬੰਦਨ ਹੈ ਹੁਣ ਤੁਹਾਨੂੰ ਪਤਾ ਹੀ ਆ ਮਾਮਾ ਨਿੱਕੀ ਨਿੱਕੀ ਗੱਲ ਪਿੱਛੇ ਸਾਰਾ ਦਿਨ ਲੜਦੀ ਰਹਿੰਦੀ ਆ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਵੀ ਨਹੀਂ ਹੋਣਾ ਵੀ ਮੈਂ ਤਾਂ ਟੀਚਰ ਲੱਗ ਗਈ ਸਰਕਾਰੀ ਪੁੱਤ ਤੈਨੂੰ ਵਧਾਈਆਂ ਲੱਖ ਲੱਖ ਵਧਾਈਆਂ ਰੱਬ ਸਭ ਨੂੰ ਵਧਾਵੇ ਤੇ ਮੈਨੂੰ ਤਾਂ ਬੇਬੇ ਡਿਊਟੀ ਤੇ ਵੀ ਨਹੀਂ ਜਾਣ ਦਿੰਦੀ ਇੰਨਾ ਕਲੇਸ਼ ਰੱਖਦੀ ਹੱਥਾਂ ਤੜਕੇ ਤੇ ਜੇ ਮੈਂ ਕੱਲ ਕਹਿਤਾ ਤਾਂ ਫਿਰ ਅੱਜ ਪਤਾ ਨਹੀਂ ਕਿੱਧਰ ਭੱਗ ਗਈ ਮੈਨੂੰ ਤਾਂ ਰਸ ਰਸ ਕੇ ਭੱਗ ਗਈ ਉਹ ਤਾਂ ਪੁੱਤ ਆ ਟੀਚਰ ਤੂੰ ਕੀ ਅਫਸਰ ਲੱਗੀ ਹੈ ਮੈਂ ਪੜਾਉਣੀ ਹੈ ਮਾਮਾ ਜੀ ਸਕੂਲ ਚ ਜਵਾਕਾਂ ਨੂੰ ਅੱਛਾ ਪੁੱਤ ਮਾਸਟਰ ਨਹੀਂ ਲੱਗੀ ਹਾਂ ਹਾਂ ਮਾਸਟਰ ਨਹੀਂ ਲੱਗੀ ਚਲੋ ਇਹ ਤਾਂ ਬੜਾ ਵਧੀਆ ਹੋਇਆ ਚਲੋ ਭਾਈ ਤੁਹਾਡੀ ਵੀ ਗਰੀਬੀ ਚੱਕੀ ਜਾਊਗੀ ਬਥੇਰੇ ਤੁਸੀਂ ਔਖੇ ਸੌਖੇ ਦਿਨ ਦੇਖੇ ਸੀ ਗਰੀਬੀ ਤਾਂ ਚੱਕੀ ਗਈ ਮਾਮਾ ਜੀ ਪਰ ਕਲੇਸ਼ ਨਹੀਂ ਜਾਂਦਾ ਸਾਡੇ ਘਰੋਂ ਉਹ ਕਲੇਸ਼ ਦਾ ਪੁੱਤ ਤੁਸੀਂ ਰੱਬ ਦਾ ਨਾਂ ਲਿਆ ਕਰੋ ਰੱਬ ਦਾ ਨਾਂ ਹੀ ਕਲੇਸ਼ ਚੱਕ ਸਕਦਾ ਹੈਗਾ ਹੋਰ ਤਾਂ ਕਲੇਸ਼ ਕਿਹੜੀ ਗੱਲ ਨਾਲ ਨਿਬੜਦਾ ਨੀਗਾ
ਲੱਬੇ ਰੱਬ ਦਾ ਨਾਂ ਲੈਣ ਵੀ ਦੇਵੇ, ਉਹਦੀ ਤਾਂ ਉਮਰ ਆ, ਜਦੋਂ ਆਪ ਨੀ ਰੱਬ ਦਾ ਨਾਂ ਲੈਣ ਦਿੰਦੀ ਲੈਂਦੀ, ਮੈਨੂੰ ਕਿੱਥੇ ਲੈਣ ਦੇਊਗੀ, ਉਹ ਤਾਂ ਕਲੇਸ਼ ਰੱਖਦੀ ਹੈ 24 ਘੰਟੇ ਘਰੇ। ਮਾਮਾ ਯਾਰ ਤੁਸੀਂ ਬਾਈ ਵਰਗਿਆਂ ਨੂੰ ਪੁੱਛ ਲੈਂਦੇ ਕੀ ਆ ਵੀ ਇੱਥੇ, ਇਹਨਾਂ ਨੂੰ ਪਤਾ ਹੋਊਗਾ ਕਿਸੇ ਪਾਸੇ ਹੋਰ ਨਾ ਵਾਗੀ ਹੋਵੇ। ਹਾਂ ਪੁੱਤ ਕੋਈ ਨੀ, ਮੈਂ ਪੁੱਛ ਤਾਂ ਲਊਂਗਾ। ਚੱਲ ਤੁਸੀਂ ਤੈਨੂੰ ਕੋਈ ਦੱਸਾਂਗੇ ਜੇ ਕੋਈ, ਤੁਸੀਂ ਮੈਨੂੰ ਦੱਸ ਦਿਓ ਫੋਨ ਲਾ ਕੇ। ਚੰਗਾ, ਹਾਂ ਪੁੱਤ ਜ਼ਰੂਰ ਦੱਸਾਂਗੇ। ਠੀਕ ਹੈ, ਚੰਗਾ ਮਾਮਾ ਜੀ। ਚੰਗਾ ਭਾਈ, ਜਿਉਂਦੀ ਰਹੇ। ਮਾਮਾ ਤਾਂ ਆਪ ਆਪਦੇ ਦੁੱਖ ਸੁਣਾਉਣ ਲੱਗ ਗਿਆ, ਮੇਰੀ ਤਾਂ ਗੱਲ ਨਹੀਂ ਸੁਣਦਾ ਚੱਜ ਨਾਲ। ਇਹ ਤਾਂ ਦੋਨੇ ਭੈਣ ਭਰਾ ਇੱਕੋ ਜਿਹੇ ਨੇਗੇ, ਹੁਣ ਦੱਸ ਕੀ ਕਰਾਂ ਮੈਂ, ਕਿੱਥੇ ਭਾਲ ਕੇ ਲਿਆਵਾਂ। ਮੈਨੂੰ ਤਾਂ ਲੱਗਦਾ ਮੈਨੂੰ ਲੋਸਮੈਂਟ ਕਰਾਉਣੀ ਪਊ ਗੁਰਦੁਆਰੇ 'ਚ, ਜੇ ਤਾਂ ਹੋਈ ਪਿੰਡ 'ਚ ਫਿਰ ਤਾਂ ਇੱਥੇ ਆ ਜੂਗੀ। ਜੇ ਕਿਸੇ ਪਾਸੇ ਊਂ ਰਿਸ਼ਤੇਦਾਰੀ 'ਚ ਬਾਗੀ ਹੋਵੇ, ਕਿਤੇ ਰਾਜਸਥਾਨ 'ਚ ਨਾ ਬਾਗੀ ਹੋਵੇ, ਉੱਧਰ ਵੀ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ। ਬੇਬੇ ਦਾ ਤਾਂ ਕੋਈ ਪਤਾ ਨਹੀਂ ਵੀ ਕਿੱਧਰ ਤੁਰਜੇ ਕਿੱਧਰ ਨਾ। ਚੱਲ ਦੇਖਦੇ ਹਾਂ, ਊਂ ਰੱਬ ਖੈਰ ਸੁੱਖੀ ਰੱਖੇ, ਠੀਕ ਹੀ ਹੋਵੇ ਜਿੱਥੇ ਹੋਵੇ, ਮੁੜ ਕੇ ਤਾਂ ਭਾਵਾਂ ਮਹੀਨਾ ਨਾ ਆਵੇ। ਕਿਹਦਾ ਫੋਨ ਆਈ ਜਾਂਦਾ ਹੁਣ ਘਰੋਂ ਆਈ ਜਾਂਦਾ? ਹੁਣ ਘਰੋਂ ਤਾਂ ਮੈਂ ਆਇਆਂਗਾ, ਉਹ ਤਾਂ ਮੈਨੂੰ ਭੈਣ ਕੋਲ ਜਾਣ ਨਹੀਂ ਦਿੱਤਾ, ਹੁਣ ਪਤਾ ਨਹੀਂ ਕੀ ਕਹਿੰਦੀ ਹੈ ਜੀ। ਹੈਲੋ, ਹੁਣ ਕੀ ਕਹਿੰਦੇ ਹੋ, ਕੀ ਗੱਲ ਹੋ ਗਈ? ਗੱਲ ਕੀ ਹੋਣੀ ਸੀ, ਮੈਂ ਤਾਂ ਤਾਏ ਕੇ ਘਰੇ ਆ ਕੇ ਲਾਇਆ ਫੋਨ। ਉਹ ਗੱਲ ਕੀ ਆ, ਪਹਿਲਾਂ ਗੱਲ ਤਾਂ ਦੱਸ ਦੇ, ਭੈਣ ਕੋਲ ਤਾਂ ਜਾਣ ਦੀ ਤਾਂ ਮੈਂ ਵਗ ਜਾਂਦਾ, ਹੁਣ ਮੈਂ ਖੇਤ ਬੈਠਾ, ਖੇਤ ਵੀ ਨਹੀਂ ਮੇਰਾ ਮਨ ਲੱਗਦਾ ਕਿਸੇ ਕੰਮ। ਜਾ ਕੇ ਕੀ ਕਰਦਾ ਸੰਧਾਰਾ, ਤਾਂ ਤੇਰੇ ਘਰੇ ਆਇਆ ਬੈਠੇ। ਸੰਧਾਰਾ ਤੇਰਾ ਹੋਣਾ ਹੈਗਾ, ਸੰਧਾਰਾ ਦਾ ਕੋਈ ਟਾਈਮ ਹੈ ਹੁਣ ਸੰਧਾਰੇ ਦਾ ਤੇਰੇ ਦਾ? ਮੇਰਾ ਕਿਹੜਾ ਸੰਧਾਰਾ, ਸੰਧਾਰਾ ਤੇਰੀ ਭੈਣ ਦੀ ਸੱਸ। ਬੁੜੀ ਇੱਥੇ ਆ ਗਈ? ਆਹੋ। ਉਤਰਾ ਭਲਾ ਹੋ ਜੇ, ਇੱਥੇ ਕੀ ਕਰਨ ਆਈ ਹੈਗੀ? ਇੱਥੇ ਕਰਨ ਆਈ ਹੈ ਕਹਿੰਦੀ, ਛੋਟੇ ਬਾਰ ਚ ਬੈਠੀ ਕਹਿੰਦੀ, ਭਾਵੇਂ ਤਾਂ ਦਵਾਈ ਦਵਾ ਕੇ ਲਿਓ, ਭਾਵੇਂ ਪੈਸੇ ਦਿਓ। ਅੱਛਾ, ਦਵਾਈ ਵਾਲਾ ਮਸਲਾ ਚੱਕੀ ਫਿਰਦੀ ਹੈ? ਦਵਾਈ ਵਾਲਾ ਮਸਲਾ ਹੀ ਚੱਕੀ ਫਿਰਦੀ ਹੈ। ਆ ਬੈਠੀ ਹੈਗੀ ਆਈ ਘਰੇ ਆਪਣੇ, ਤੇ ਮੈਂ ਤਾਂ ਹੁਣ ਤਾਏ ਕੇ ਘਰੇ ਆਈ ਆ, ਤੇ ਮੈਂ ਬਾਹਰ ਨੂੰ ਲਾਇਆ ਜਿੰਦੇ, ਤੇ ਮੈਨੂੰ 100-100 ਕੁਛ ਬੋਲੀ ਕਹਿੰਦੀ ਜਿੰਦੇ ਕੋ ਲੱਗ ਜਾਨੀ ਹੈ। ਮੈਂ ਕਿਹਾ 100 ਚੀਜ਼ ਪਈ ਹੈ, ਉਹੀ ਗੱਲ, ਪੈਸਾ ਧੇਲੀ ਫਿਰ ਜੇ ਕੋਈ ਮਾੜਾ ਮੋਟਾ ਹੱਲ ਗਿਆ, ਫਿਰ ਤੂੰ ਆਖੇਗਾ ਵੀ ਉਦੋਂ ਤੂੰ ਜਿੰਦੇ ਲਾ ਜਾਂਦੀ। ਉਹ ਸਾਰੇ ਪੰਗੇ ਦਾ ਤੂੰ ਹੀ ਛੇੜਦੀ ਹੈਗੀ, ਮੈਂ ਉੱਥੇ ਵਗ ਜਾਂਦਾ, ਤੈਨੂੰ ਤਾਂ ਐਂ ਹੋ ਗਿਆ ਵੀ ਕਿਤੇ ਰੁਪਈਏ ਨਾ ਦਿਆ ਵੀ ਉਹਨਾਂ ਨੂੰ। ਮੈਨੂੰ ਕਿਹੜਾ ਪਤਾ ਸੀ ਨਾ ਵੀ ਐਂ ਇੱਥੇ ਆਵੜੂਗੀ, ਹੁਣ ਤੂੰ ਮੋੜ ਨਾ ਕਰੀ ਕਦੇ। ਹੁਣ ਇੱਥੋਂ ਮੋੜਦੇ ਨੂੰ ਪਰੇ ਮੈਥੋਂ ਨਹੀਂ ਆਇਆ ਜਾਂਦਾ ਗਾ, ਹੁਣ ਮੈਨੂੰ ਖਬਰੇ ਕੀ ਬੋਲੂਗੀ। ਮੈਂ ਤਾਂ ਮੁੜਦੀ ਨੀ ਕਹਿੰਦੀ, ਭਾਵੇਂ ਮੈਨੂੰ ਤਾਂ ਰਹਿਣਾ ਪੈ ਜੇ, ਕਹਿੰਦੀ ਮੈਂ ਤਾਂ ਇੱਥੇ ਬੈਠੀ ਹਾਂ। ਮੈਂ ਆਖਿਆ ਸੀ ਵੀ ਮਾਸੀ ਉਹ ਤਾਂ 6 ਵਜੇ ਆਊਗਾ, ਤੇ ਤੂੰ ਕੋਈ ਨੀ ਵਗ ਜਾ, ਰਾਜਵੀਰ ਨੂੰ ਮੈਂ ਕਹਿਦਾ ਨੀ ਆ। ਤੇ ਹੁਣ ਫਿਰ ਮੈਂ ਕਿਵੇਂ ਕਰਾਂ ਦੱਸ, ਫਿਰ ਤੂੰ ਜੇ ਤੇਰੇ ਬਗੈਰ ਦੱਸੇ ਤੋਂ ਮੈਂ ਗੱਲ ਕਰ ਲੈਣਾ, ਫਿਰ ਤੂੰ ਰੌਲਾ ਪਾਉਣ ਲੱਗ ਜਾਂਦੀ ਹੈ ਜੀ। ਰੌਲਾ ਕੀ ਪਾਉਣੀ ਆ, ਹੁਣ ਘਰੇ ਆ ਜਾ, ਦੇਖੀ ਜੂ ਵਿੜਵਿੜਿਆ ਕੇ ਕੋਈ ਕਿਵੇਂ ਨਾ ਕਿਵੇਂ ਛੱਡਿਆ ਮੋਟਰਸਾਈਕਲ ਤੇ ਚੜਾ ਕੇ, ਜੇ ਪਿੰਡ ਚ ਜਾਂਦੀ ਆਪਦੀ ਬੇਇੱਜ਼ਤੀ ਹੁੰਦੀ, ਅਗਲਾ ਕੋ ਬੁੜੀ ਕਿਵੇਂ ਫਿਰਦੀ ਆ। ਹੁਣ ਲੱਗ ਗਿਆ ਪਤਾ, ਜੇ ਮੈਂ ਉੱਥੇ ਵਗ ਜਾਂਦਾ ਨਾ ਇੱਥੇ ਬੁੜੀ ਆਉਂਦੀ ਨਾ ਬੇਇੱਜ਼ਤੀ ਹੁੰਦੀ, ਗੱਲ ਹੀ ਮੁੱਕ ਜਾਂਦੀ। ਆ ਉਹ ਪੈਸੇ ਭਾਲ ਦੇਣਾ, ਪੈਸੇ ਲੈਣੇ ਇੱਥੇ ਆ ਗਈ, ਉੱਥੇ ਜਾਂਦਾ ਉੱਥੇ ਵੀ ਦੇ ਕੇ ਆਉਂਦਾ। ਫਿਰ ਮੈਂ ਮੈਨੂੰ ਤੇਰਾ ਨਾ, ਮੈਂ ਤਾਂ ਹੁਣ ਫਿਰ ਖੇਤੋਂ ਹੀ ਨਹੀਂ ਆਉਂਦਾਗਾ, ਫਿਰ ਤੂੰ ਕਹੇਂਗੀ ਵੀ ਪੈਸੇ ਦੇਣ ਦਾ ਮਾਰਾ ਆ ਗਿਆ ਖਮਣੀ। ਖੇਤੋਂ ਤਾਂ ਦੇਖ ਹੁਣ ਤੈਨੂੰ ਆਉਣਾ ਪਊਗਾ, ਆ ਬੈਠੀਆਂ ਮੇਰੇ ਸਰਾਣੇ ਆਈ ਇੱਥੇ, ਮੈਂ ਤਾਂ ਹੁਣ ਘਰੇ ਜਾਣ ਨੂੰ ਜੀ ਨਹੀਂ ਕਰਦਾ। ਆ ਫਿਰ ਸਾਹਮਣਾ ਫਿਰ ਹੁਣ ਬੁੜੀ ਨੂੰ ਕਹੀ ਜਾਂਦੀ ਹੁੰਦੀ ਹੈ, ਮੈਂ 100-100 ਕੁਛ ਬੋਲਦੀ ਹੈਗੀ। ਮੈਨੂੰ ਪਤਾ ਹੈ ਤਾਂ ਆਈ ਬੋਲਦੀ ਹੈ, ਮੈਨੂੰ ਕਿਹੜਾ ਖੰਡ ਪਾਉਂਦੀ ਹੈਗੀ। ਹੁਣ ਮੈਂ ਉਹਨੂੰ ਆਖਿਆ ਮੈਂ, ਰਾਜਵੀਰ ਤੇ ਸਮਝੀ ਨਾ ਮੈਨੂੰ, ਤੇ ਮੈਂ ਫਿਰ ਉਹ ਬਾਲਾ ਬੋਲੀ ਨਹੀਂ, ਮਖਾਣ ਮਨ ਕੀ ਕਹੂਗਾ ਅਗਲਾ ਕਹੂਗਾ, ਮੈਂ ਭੈਣ ਕੋਲ ਜਾਣਾ ਸੀ। ਤੂੰ ਆ ਜਾ, ਮੈਂ ਰਾਜਵੀਰ ਨੂੰ ਫੋਨ ਵੀ ਲਾਉਣੀ ਆ।
ਚੰਗਾ ਲਾ ਫਿਰ ਦੱਸ ਦੇ ਫਿਰ ਉਹਨੂੰ ਆਹੋ ਵੀ ਗੱਲ ਠੀਕ ਹੈ ਚੰਗਾ ਚੰਗਾ ਆਉਣਾ ਮੈਂ ਕੋਈ ਤੂੰ ਚਾਹ ਪਾਣੀ ਪੁੱਛ ਹੁਣ ਕਹਿੰਦੀ ਲੈ ਛੇਤੀ ਆ ਜਾ ਪਹਿਲਾਂ ਤਾਂ ਮੈਨੂੰ ਜਾਣ ਨਹੀਂ ਦਿੱਤਾ ਉਹ ਸਾਰੀ ਗੱਲ ਹੀ ਲੋਟ ਆ ਜਾਂਦੀ ਮੈਂ ਉੱਥੇ ਵਗ ਜਾਂਦਾ ਨਾ ਇੱਥੇ ਬੁੜੀ ਇੱਥੇ ਆਉਂਦੀ ਹੁਣ ਪਤਾ ਨਹੀਂ ਕੀ ਰੌਲਾ ਪਾਊਗੀ ਬੁੜੀ ਕੀ ਗੱਲਾਂ ਬਣਾਊਗੀ ਉਹ ਚੱਲ ਦੇਖੀ ਜਾਓ ਫਿਰ ਹੁਣ ਘਰ ਤਾਂ ਜਾਣਾ ਹੀ ਪਊਗਾ ਲੈ ਇੱਕ ਦੋ ਘਰਾਂ ਦੇ ਹੋਰ ਜਾਏ ਵਾਂ ਆਹ ਫੋਨ ਪਤਾ ਨਹੀਂ ਕਿਹਦਾ ਆਈ ਜਾਂਦਾ ਬਾਈ ਕਾ ਲੱਗਦਾ ਹੈਲੋ ਰਾਜਵੀਰ ਹਰਪ੍ਰੀਤ ਕਿਵੇਂ ਆ ਮੈਂ ਤਾਂ ਠੀਕ ਆ ਤੇ ਮੈਂ ਤਾਂ ਤੈਨੂੰ ਫੋਨ ਲਾਇਆ ਮੈਂ ਤਾਂ ਨਾ ਤਾਏ ਕੇ ਘਰੇ ਆਈ ਹੋਈ ਸੀ ਨਾ ਬਾਈ ਨੇ ਗੱਲ ਕਰਾ ਦੇ ਮੇਰੀ ਉਹਨੇ ਮੈਨੂੰ ਕੋਈ ਜਵਾਬ ਸਵਾਲ ਹੀ ਨਹੀਂ ਦਿੱਤਾ ਮੈਂ ਉਹਨੂੰ ਕੋਈ ਕੰਮ ਕਿਹਾ ਸੀਗਾ ਤੇਰੀ ਬਾਈ ਨਾਲ ਕਿੱਥੋਂ ਗੱਲ ਕਰਾ ਦਿਆ ਮੈਂ ਬਾਈ ਤਾਂ ਤੇਰਾ ਖੇਤ ਆ ਬਾਈ ਨੂੰ ਵੀ ਹੁਣ ਫੋਨ ਕਰਕੇ ਦੀਆਂ ਤੈਨੂੰ ਵੀ ਲਾਉਂਦੀ ਆ ਤੇਰੀ ਸੱਸ ਉਰੇ ਆ ਰਹੀ ਹੈ ਸੁਨਾਰਾ ਇੱਥੇ ਆ ਰਹੀ ਹੈ ਬੇਬੇ ਆਹੋ ਇਹ ਕਿਵੇਂ ਆ ਗਈ ਠੀਕ ਤਾਂ ਹੈਗੀ ਆ ਸੱਟ ਸੁੱਟ ਤਾਂ ਨਹੀਂ ਵੱਜੀ ਇਹਦੇ ਕਿਤੇ ਹੈ ਸੱਟ ਸੁੱਟ ਤਾਂ ਨਹੀਂ ਵੱਜੀ ਠੀਕ ਤਾਂ ਹੈਗੀ ਆ ਕਿਉਂ ਕੁੱਟ ਕੇ ਕੱਢੀ ਇਹਦੇ ਇਹ ਮੈਂ ਕਾਹਨੂੰ ਕੁੱਟ ਕੇ ਕੱਢੀ ਇਹ ਤਾਂ ਤੜਕੇ ਦੀ ਰੁੱਸ ਕੇ ਮੇਰੇ ਨਾਲ ਪਤਾ ਨਹੀਂ ਕਿੱਧਰ ਵੱਗ ਗਈ ਪਤਾ ਨਹੀਂ ਰੁੱਸ ਕੇ ਗਈ ਕੋਈ ਨਹੀਂ ਆ ਕੇ ਸੱਟ ਤਾਂ ਨਹੀਂ ਵੱਜੀ ਮੈਂ ਆਖਾਂ ਕਿਤੇ ਕੁੱਟ ਕੱਟ ਕੇ ਕੱਢੀ ਆ ਬੁੜੀ ਤਾਂ ਸੱਟ ਤਾਂ ਮੈਂ ਐਂ ਪੁੱਛਦੀ ਆ ਵੀ ਕਿਤੇ ਡਿੱਗ ਡੁੱਗ ਨਾ ਪਈ ਹੋਵੇ ਕੀ ਆ ਨਾ ਤੁਰ ਗਿਆ ਹੋਵੇ ਇੱਥੇ ਆ ਗਈ ਹੋਵੇ ਲੈ ਤੁਰਿਆ ਗਿਆ ਨਾ ਗਿਆ ਤੇ ਦਵਾਈ ਨੂੰ ਪੈਸੇ ਲੈਣ ਆਈ ਹੈ ਬਿਲਿਆ ਐ ਨਹੀਂ ਕੋਈ ਵੀ ਤੁਰਿਆ ਨਹੀਂ ਜਾਂਦਾ ਉਹ ਤਾਂ ਘੋੜੇ ਵਰਗੀ ਹੈ ਬੁੜੀ ਅੱਛਾ ਜੀ ਆਹੋ ਅੱਛਾ ਦਵਾਈ ਨੂੰ ਦਵਾਈ ਨੂੰ ਪੈਸੇ ਲੈਣ ਜਾਂ ਕਹਿੰਦੀ ਭਵਾਂ ਤਾਂ ਤੂੰ ਦਵਾ ਤੇ ਭਵਾਂ ਉਹ ਗੱਲ ਗੁਰਲਾਲ ਦਵਾਵੇ ਭਵਾਂ ਮੈਨੂੰ ਲੈ ਕੇ ਜਾਵੇ ਮਾਨਸੰਗ ਨਹੀਂ ਪੈਸੇ ਤਾਂ ਠੀਕ ਆ ਚੱਲ ਵੀ ਦਵਾਈ ਨੂੰ ਆਈ ਆ ਇਹਨੂੰ ਐਂ ਤਾਂ ਪੁੱਛ ਲਾ ਵੀ ਤੜਕੇ ਦੀ ਹੈ ਕਿੱਥੇ ਸੀ ਅਸੀਂ ਤਾਂ ਸਾਰੇ ਪਿੰਡ 'ਚ ਗੇੜੇ ਦੇਤੇ ਕੁਛ ਨਹੀਂ ਪੁੱਛਿਆ ਮੈਂ ਤਾਂ ਤਾਏ ਕੇ ਘਰੇ ਆ ਗਈ ਮੈਂ ਤਾਂ ਬਾਹਰ ਨੂੰ ਜਿੰਦੇ ਲਾਇਆ ਸੀ ਮੈਂ ਤੈਨੂੰ ਦੱਸਾਂ ਤੇ ਉਹ ਕੱਲੀ ਬੈਠੀ ਆ ਘਰੇ ਤੇ ਮੈਂ ਤਾਂ ਘਰੇ ਜਾਣਾ ਮੈਂ ਆਖਾਂ ਮੈਂ ਤੈਨੂੰ ਦੱਸ ਦਿਆਂ ਤੂੰ ਫਿਕਰ ਕਰਦੀ ਹੋਏਂਗੀ ਅੱਛਾ ਤੂੰ ਦੱਸ ਕਿਵੇਂ ਕਰਦੀ ਮੈਂ ਤਾਂ ਹੁਣ ਚਾਹ ਪਾਣੀ ਪੀ ਕੇ ਹੋਰ ਜਾਂਦੀ ਸੀ ਕਿਸੇ ਦੇ ਭਾਲਣੇ ਨੂੰ ਤੂੰ ਐਂ ਕਰ ਹਾਂ ਤੂੰ ਆ ਜਾ ਬੱਸ ਚੜਿਆ ਹੁਣ ਆਉਣ ਵਾਲੀ ਆ ਬੱਸ ਤਿੰਨ ਵਾਲੀ ਚੱਲ ਮੈਂ ਆ ਗਈ ਦੇਖਦੀ ਆ ਫਿਰ ਇੱਥੇ ਤੇਰੇ ਬਾਈ ਆ ਇਹਨੂੰ ਪਤਾ ਨਹੀਂ ਕੀ ਬੋਲੂਗੀ ਕੋਈ ਹੋਰ ਪੰਗਾ ਪੈ ਜੇ ਨਾ ਬਾਈ ਨੂੰ ਸੱਦ ਲਿਆ ਇੱਕ ਤਾਂ ਮੌਸਮ ਬਾਲਾ ਖਰਾਬ ਹੋ ਰਿਹਾ ਹਰਪ੍ਰੀਤ ਮੈਂ ਕੀ ਕਰਾਂ ਉਧਰ ਤਾਂ ਮੀਂਹ ਇੰਨਾ ਚੜਿਆ ਹੁੰਦਾਗਾ ਮੀਂਹ ਤਾਂ ਫਿਰ ਹੁਣ ਚੜੇ ਹੀ ਹੁੰਦੇ ਤੇਰੇ ਬਾਈ ਹੁਣ ਖੇਤੋਂ ਸੱਦਿਆਗਾ ਹੋਰ ਇੰਨਾ ਮੀਂਹ ਨੇਰੀ ਇੱਕ ਬੁਰਾ ਹਾਲ ਹੋਇਆ ਪਿਆ ਦੇਖ ਰਾਜਵੀਰ ਕੋਈ ਵਾਧਾ ਨਾ ਵੱਧ ਜੇ ਗੱਲ ਦਾ ਕੁਛ ਕਿਹਾ ਨਾ ਜਾਵੇ ਫਿਰ ਬੁਰਾ ਮੰਨੂਗੀ ਤੁਹਾਡਾ ਤਾਂ ਕੀ ਦੇ ਤਾਂ ਸੱਸ ਨੂੰ ਇੱਕੋ ਜਿਹਾ ਹੋ ਜਾਣੂ ਤੂੰ ਇਹਨੂੰ ਘੇਰਾ ਹਰਪ੍ਰੀਤ ਪਿਆਰ ਨਾ ਕਹਿ ਕੇ ਦੇਖ ਲਾ ਵੀ ਤੂੰ ਪਿੰਡ ਵਗ ਜਾ ਰਾਜਵੀਰ ਤੈਨੂੰ ਭਾਲ ਕੇ ਫਿਰਦੀ ਆ ਮੈਂ ਨਹੀਂ ਕਹਿੰਦੀ ਮੈਨੂੰ ਤਾਂ ਕਹਿੰਦੀ ਮੈਂ ਤਾਂ 6 ਵਜੇ ਤੱਕ ਇੱਥੇ ਬੈਠੀ ਰਹੂੰ ਮੈਂ ਨਹੀਂ ਆਂਦੀ ਕਹਿੰਦੀ ਕਹਿੰਦੀ ਭਾਵੇਂ ਮੈਨੂੰ ਤਾਂ ਰਹਿਣਾ ਪੈ ਜੇ ਚੱਲ ਮੈਂ ਦੇਖਦੀ ਆ ਫਿਰ ਚੱਲ ਮੈਂ ਆਉਣੀ ਆ ਤੇ ਤੂੰ ਆ ਜਾ ਇੰਨੇ ਨੂੰ ਤੇਰੇ ਬਾਈ ਵੀ ਆਉਂਦਾ ਹੈਗਾ ਤੇਰੇ ਬਾਈ ਨੂੰ ਵੀ ਕੀਤਾ ਮੈਂ ਫੋਨ ਚੱਲ ਕਹਿਣੀ ਆ ਮੈਂ ਹਰ ਕੇ ਤਾਏ ਕਿਆਂ ਨੂੰ ਐਂ ਕਿਹਾ ਵੀ ਮਾੜਾ ਜਿਹਾ ਖੇਤ ਕੰਮ ਆ ਹੁਣ ਬਾਹਰ ਆਈਆਂ ਬਾਹਰ ਆ ਕੇ ਗੱਲ ਕਰਦੀ ਆ ਅਗਲੇ ਨੂੰ ਦੱਸ ਵੀ ਨਹੀਂ ਸਕਦੇ ਸਾਰਾ ਆਹੋ ਇਹ ਤਾਂ ਜਲੂਸ ਕਢਵਾ ਦਿੰਦੀ ਨਾਲੇ ਤਾਂ ਇੱਥੇ ਜਲੂਸ ਕਢਾ ਰੱਖਿਆ ਮੇਰਾ ਨਾਲੇ ਇੱਥੇ ਕਢਾਊਗੀ ਹੁਣ ਇੱਥੇ ਉਹੀ ਗੱਲ ਕਸਰ ਰਹਿੰਦੀ ਸੀ ਜਿਹੜਾ ਇੱਥੇ ਕੱਢਣ ਆ ਗਈ ਹੁਣ ਜੇ ਜਾਊਗੀ ਤਾਂ ਫੇਰ ਅਗਲਾ ਆਖੂਗਾ ਵੀ ਆ ਕਿੱਧਰ ਫਿਰਦੀ ਏ ਬੁੜੀ ਤੇ ਬਾਈ ਨਾ ਕਿ ਮੋਟਰਸਾਈਕਲ ਤੇ ਚੜਾ ਕੇ ਛੱਡੀ ਐਂ ਕਰ ਚੱਲ ਤੂੰ ਐਂ ਕਰ ਮੇਰੀ ਗੱਲ ਸੁਣ ਤੂੰ ਘਰੀ ਜਾ ਤੇ ਉਹਦੇ ਕੋਲੇ ਬਹਿ ਜਾ ਕੇ ਕਿਸੇ ਪਾਸੇ ਹੋਰ ਨਾ ਟੱਪ ਜੇ ਤੇ ਮੈਂ ਆਉਣੀ ਆ ਮੈਨੂੰ ਤਾਂ ਲੱਗਦਾ ਪਤਾ ਨਹੀਂ ਕੀ ਬੋਲੂਗੀ ਮੈਂ ਆਉਣੀ ਆ ਚੰਗਾ ਆ ਜਾ ਠੀਕ ਆ ਠੀਕ ਹੈ ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਅਸੀਂ ਨਾਮ ਬੋਲਣ ਜਾ ਰਹੇ ਹਾਂ ਪਤਵੰਤ ਕੌਰ ਅਮਨਦੀਪ ਕੌਰ ਸਵਰਨ ਕੌਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਬੀਨਾ ਜੈਨ ਕਮਲੇਸ਼ ਕੁਮਾਰੀ ਲੀਲਾ ਸੈਣੀ ਆਇਸ਼ਾ ਭੁੱਲਰ ਅਮਾਇਸ਼ਾ ਭੁੱਲਰ ਜੁਗਰਾਜ ਭੁੱਲਰ ਪੱਪੇ ਸ਼ਾਹ ਜੀ
ਇੰਦੂ ਸ਼ਰਮਾ, ਪਰਮਜੀਤ ਕੌਰ, ਬੌਬੀ ਰਾਜਾ ਹਾਂਗਕਾਂਗ, ਸੁਰਿੰਦਰ ਕੌਰ ਜੌਹਲ, ਬਲਵਿੰਦਰ ਕੌਰ ਲੁਧਿਆਣਾ, ਪ੍ਰੇਮਿਕਾ ਯੂਪੀ ਤੋਂ, ਜੱਸੀ ਅਮਰੀਕਾ ਸ਼ਿਮਲਾਪੁਰੀ ਲੁਧਿਆਣਾ, ਹਰਜੀਤ ਚੰਡੀਗੜ੍ਹ, ਗੁਰਦੇਵ ਸਿੰਘ ਮਾਨਸਾ, ਫਕੀਰ ਚੰਦ ਸ਼ਰਮਾ, ਸਿਮਰਨਪ੍ਰੀਤ ਕੌਰ ਫੱਲੇਵਾਲ, ਬਸੰਤ ਕੌਰ, ਸੁਖਪ੍ਰੀਤ ਸਿੰਘ, ਭਾਰਤ ਭੂਸ਼ਣ ਸਚਦੇਵਾ, ਜਸਵੰਤ ਸਿੰਘ ਬਹਾਦਰਪੁਰ, ਮਨਪ੍ਰੀਤ ਕੌਰ ਬਰਾੜ, ਪੁਸ਼ਪਾ ਰਾਣੀ, ਥਾਣਾ ਸਿੰਘ, ਨਵਪ੍ਰੀਤ ਸਿੰਘ ਬੀਰੇਵਾਲਾ ਜੱਟਾਂ, ਹਰਵਿੰਦਰ ਕੌਰ ਮਹਿਰਨਾ ਕਲਾਂ ਲੁਧਿਆਣਾ, ਹਰਪਾਲ ਕੌਰ, ਸਤਿੰਦਰਜੀਤ, ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ, ਅਮਰ ਸਿੰਘ ਪਟਿਆਲਾ, ਨਿੱਕਾ ਸਿੰਘ, ਵਿਸ਼ਵਜੀਤ ਸਿੰਘ, ਏਖਾ ਸ਼ਰਮਾ, ਅਨਾਇਤ ਸ਼ਰਮਾ, ਦਰੁਬਿਕਾ ਸ਼ਰਮਾ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਮੰਨੀਆਂ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।